ਨਾਲ ਫਿਰ ਤੁਸੀਂ ਦਿੱਤਾ ਗੁਮਲਾ ਰਹੇ ਤੋਂ ਬੋਲੇ ਸਵਾਮੀ ਕਮਹਾਰ ਸਾਧ ਸੰਗੁਰੂ ਨਾਮ ਦਸਗਾਇਓ ਪ੍ਰਿਆਰੀ ਸਾਧ ਸੰਗੁਰੂ ਨਾਮ ਦਸਗਾਇਓ ਮੈਂ ਕਲਗੀਧਰ ਦੀ ਪੋਤੀ ਕਿ ਅੱਬਾ ਜਾਨ ਤੁਹਾਨੂੰ ਉਹਨਾਂ ਨੇ
ਹੁਕਮਨਾਮਾ ਲਿਖ ਕੇ ਦਿੱਤਾ ਜਦੋਂ ਸੇਵਾ ਕੀਤੀ। ਦੇਖੋ ਇਹ ਪਠਾਨ ਸਨ, ਮੁਗਲ ਅਰ ਤੁਰਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿਰੁੱਧ ਲੜ ਰਹੇ ਸਨ ਸਾਰੇ ਦੇ ਸਾਰੇ, ਪਰ ਸੇਵਾ ਕਰਨ ਵਾਲੇ ਵੀ ਇਹ ਮੁਸਲਮਾਨ ਸਨ। ਦੇਖੋ ਕਿਹੋ ਜਿਹਾ ਕਿਹੋ ਜਿਹੀ ਮਹਾਰਾਜ ਦੀ ਸ਼ਖਸੀਅਤ ਹੋਵੇਗੀ। ਕੋਟਲਾ ਨਿਹੰਗ ਦੇ ਵਿੱਚ ਨਿਹੰਗ ਥਾਂ ਰਹਿੰਦਾ ਹੈ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹਜ਼ੂਰ ਨੇ, ਅਤੇ ਬਚਿੱਤਰ ਭਾਈ ਬਚਿੱਤਰ ਸਿੰਘ ਜੀ ਇਹ ਮਹਾਨ ਸੂਰਮਾ ਸ਼ਹੀਦ ਹੋ ਗਏ ਜਿਹਨੇ ਨਾਗਣੀ ਮਾਰੀ ਸੀ ਹਾਥੀ ਦੇ ਮੱਥੇ ਦੇ ਵਿੱਚ, ਅਤੇ ਉਹ ਸ਼ਹੀਦ ਹੋਣ ਤੋਂ ਪਹਿਲਾਂ ਜ਼ਖਮੀ ਹੋ ਕੇ ਡਿੱਗਿਆ ਪਿਆ। ਉੱਥੇ ਬਾਬਾ ਅਜੀਤ ਸਿੰਘ ਬਚਿੱਤਰ ਸਿੰਘ ਨੂੰ ਲੈ ਕੇ ਗਿਰਮੁਖਾਂ ਦੇ ਘਰ ਚਲੇ ਗਏ। ਉਹ ਵੀ ਪਠਾਨ ਹੈ ਅਤੇ ਦੇਖੋ ਪਠਾਨ ਹੀ ਮਹਾਰਾਜ ਦੀ ਸੇਵਾ ਕਰ ਰਹੇ। ਜਿਹੜੇ ਹਿੰਦੂ ਹਨ ਉਹ ਡਰ ਰਹੇ ਨੇ ਆਪਣੇ ਸਿੱਖਾਂ ਦੇ ਵਿੱਚੋਂ ਭਾਈ ਗੁਲਾਬਾ ਬਸੰਤ ਜਦੋਂ ਮਾਛੀਵਾੜੇ ਆਏ ਨੇ ਤਾਂ ਉਹ ਹੱਥ ਜੋੜ ਕੇ ਮੋਹਰਾ ਮਹਾਰਾਜ ਦੇ ਅੱਗੇ ਭੇਟਾ ਲੈ ਕੇ ਹੱਥ ਜੋੜ ਕੇ ਕਹਿੰਦਾ ਵੀ ਮਹਾਰਾਜ ਤੁਸੀਂ ਹੁਣ ਇੱਥੋਂ ਚਲੇ ਜਾਓ। ਜੀ ਦੇ ਦਰਸ਼ਨਾਂ ਖਾਤਰ ਅਨੰਦਪੁਰ ਸਾਹਿਬ ਦੇ ਵਿੱਚ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ, ਘੰਟਾ ਘੰਟਾ ਲੋਕ ਖੜ ਕੇ ਘੰਟਿਆਂ ਦੇ ਹਿਸਾਬ ਨਾਲ ਖੜ ਕੇ ਉਡੀਕਾਂ ਕਰਦੇ ਸਨ, ਅਤੇ ਇੱਕ ਨਿਮਾਣਾ ਜਿਹਾ ਸਿੱਖ ਉੱਠ ਕੇ ਇੱਕ ਸਿੱਖ ਮਾਮੂਲੀ ਜਿਹਾ ਸਿੱਖ ਉੱਠ ਕੇ ਕਹਿੰਦਾ ਵੀ ਮਹਾਰਾਜ ਤੁਸੀਂ ਹੁਣ ਇੱਥੋਂ ਚਾਲੇ ਪਾ ਦਿਓ। ਕਿਹੋ ਜਿਹੀ ਸਾਡੀ ਕਿਸਮਤ ਹੈ, ਇਹੋ ਜਿਹੇ ਗੁਰੂ ਨੂੰ ਉੱਥੇ ਨਿਹੰਗ ਖਾਂ ਪਠਾਨ ਹੈ ਜਿਹੜਾ ਉਹਦੇ ਘਰ ਦੇ ਵਿੱਚ ਬਾਬਾ ਬਚਿੱਤਰ ਸਿੰਘ ਦੀ ਜ਼ਖਮੀ ਦੇਹ ਨੂੰ ਲੈ ਕੇ ਕਹਿੰਦੇ ਬਾਬਾ ਅਜੀਤ ਸਿੰਘ ਅੱਗੋਂ ਅੱਗੇ ਨਿਕਲਦੇ ਜਦੇ ਦਸਵੇਂ ਪਾਤਸ਼ਾਹ ਦੇ, ਕਹਿੰਦਾ ਮਹਾਰਾਜ ਤੁਸੀਂ ਮੇਰੇ ਘਰ ਚਰਨ ਪਾਓ। ਅਤੇ ਨਿਹੰਗ ਖਾਂ ਨੂੰ ਮਹਾਰਾਜ ਕਹਿਣ ਲੱਗੇ ਦੀਆਂ ਅੱਖਾਂ ਚੱਖਾਂ ਪਾਈਆਂ, ਕਹਿੰਦੇ ਦੇਖ ਸਾਡੇ ਮਗਰ ਅਗਨੀ ਤੁਰੀ ਆਉਂਦੀ ਹੈ, ਅਸੀਂ ਅੱਗ ਬਾਲ ਦਿੱਤੀ ਹੈ, ਅਸੀਂ ਗ੍ਰਿਸਤ ਵੀ ਛੱਡ ਦਿੱਤਾ ਹੈ, ਅਨੰਦਪੁਰ ਦੀ ਪੁਰੀ ਵੀ ਛੱਡ ਦਿੱਤੀ ਹੈ, ਜਿੱਧਰਲੇ ਪਾਸੇ ਅਸੀਂ ਜਾਂਦੇ ਹਾਂ ਉੱਥੇ ਲਾਂਬੂ ਲੱਗਦੇ ਨੇ। ਤੂੰ ਆ ਗ੍ਰਿਸਤੀ ਰਾਜ ਤੁਰਕਾਂ ਦਾ, ਜੇ ਮੈਂ ਘਰ ਚਲੇ ਗਿਆ ਤਾਂ ਘਰ ਬਾਰ ਰੱਖਣਾ ਹੈ ਤਾਂ ਘਰ ਬਾਰ ਆਪਣਾ ਨਾਸ ਕਰਵਾਉਣਾ ਹੈ। ਜੇ ਇਹੋ ਜਿਹੇ ਬਚਨ ਕਿਸੇ ਨੂੰ ਆਮ ਆਦਮੀ ਨੂੰ ਕਹਿ ਦੀ ਅਗਲਾ ਡਰ ਜਾਂਦਾ, ਥਰ ਥਰ ਕੰਬਦਾ, ਗੁਰੂ ਵੀ ਭੁੱਲ ਜਾਂਦਾ ਉਸ ਨੂੰ। ਪਰ ਇਹਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਨ, ਉਹਨਾਂ ਤੋਂ ਗੁਰਸਿੱਖੀ ਪ੍ਰਾਪਤ ਹੋਈ ਸੀ, ਉਹਨਾਂ ਦੇ ਚਰਨਾਂ ਕਮਲਾਂ ਦਾ ਦਰਸ਼ਨਾਂ ਦਾ ਅੰਮ੍ਰਿਤ ਪੀਤਾ ਹੋਇਆ ਸੀ, ਪਿਆਰ ਜਿਹਾ ਵਸਿਆ ਹੋਇਆ ਸੀ ਮਨ ਦੇ ਵਿੱਚ, ਅਤੇ ਇਹ ਚਰਨਾਂ ਦੇ ਸੀਸ ਲਵਾ ਕੇ ਕਹਿੰਦਾ ਵੀ ਬਾਜਾ ਵਾਲਾ ਪਿਤਾ ਮੈਨੂੰ ਕਹਿੰਦਾ ਆਪਣੀ ਮਾਇਆ ਦੇ ਵਿੱਚ ਨਾ ਭਰਮਾ। ਦੇਖੋ ਜਿਹਨਾਂ ਦੇ ਹਿਰਦੇ ਅੰਦਰ ਪਿਆਰ ਵਸਿਆ ਮਾਇਆ ਦੇ ਵਿੱਚ ਨਾ ਭਰਮਾ, ਮੈਂ ਇੱਕ ਬੇਨਤੀ ਕਰਕੇ ਤੇਰੇ ਚਰਨਾਂ ਦੇ ਵਿੱਚ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਜਿੱਥੇ ਤੂੰ ਚਲਿਆ ਜਾਵੇਂ ਉਹ ਘਰ ਵੱਸਦਾ ਕੁੱਜੜਦਾ, ਜਿੱਥੇ ਤੂੰ ਚਲਿਆ ਜਾਵੇਂ ਉਹ ਘਰ ਵੱਸਦਾ ਕੁੱਜੜਦਾ। ਮਹਾਰਾਜ ਸਮਝ ਗਏ ਵੀ ਇਹ ਸਿਰੋਂ ਉੱਪਰ ਬੋਲਦਾ ਹੈ, ਕਹਿੰਦੇ ਹੁਣ ਚੱਲਦੇ। ਉਹਦੇ ਘਰ ਦੇ ਵਿੱਚ ਗਏ, ਚਰਨ ਪਾਏ, ਅਤੇ ਮੁਗਲ ਫੌਜਾਂ ਨੇ ਤਲਾਸ਼ੀ ਲਈ, ਅਤੇ ਤਲਾਸ਼ੀ ਤੋਂ ਬਾਅਦ ਜਦੋਂ ਸਾਰੇ ਕਮਰੇ ਖੋਲ੍ਹ ਲਏ ਤਾਂ ਜਿਹੜੇ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਸੀ ਉਸ ਕਮਰੇ ਦੇ ਵਿੱਚ ਉਹ ਮੂਹਰੇ ਜਾ ਕੇ ਦੋਵੇਂ ਬਾਹਾਂ ਕੱਢ ਕੇ ਖੜੇ, ਕਹਿੰਦਾ ਇਸ ਕਮਰੇ 'ਚ ਤੁਸੀਂ ਤਲਾਸ਼ੀ ਨਹੀਂ ਲੈ ਸਕਦੇ। ਕਹਿੰਦੇ ਕਿਉਂ? ਕਹਿੰਦਾ ਇਸ ਕਮਰੇ ਦੇ ਵਿੱਚ ਮੇਰੀ ਧੀ ਹੈ ਅਤੇ ਮੇਰਾ ਜਵਾਈ ਸੁੱਤਾ ਪਿਆ। ਉਹ ਖੇਵਾ ਮੰਗ ਕੇ ਮੁਗਲ ਫੌਜਾਂ ਖੇਵਾ ਮੰਗ ਕੇ ਚਲੇ ਗਈਆਂ, ਅਤੇ ਬਾਅਦ ਮੁਮਤਾਜ ਹੈ ਜਿਹੜੀ ਉਹ ਬਾਹਰ ਆ ਗਈ ਵੀ ਅੱਬਾ ਜਾਨ ਮੈਂ ਤਾਂ ਮੰਗੀ ਹੋਈ ਸੀ, ਤੁਸੀਂ ਇਹ ਕੀ ਗੱਲ ਕੀਤਾ? ਕਹਿੰਦਾ ਪੁੱਤ ਨੀਤੀ ਇਹ ਕਹਿੰਦੀ ਸੀ, ਨੀਤੀ ਇਹੀ ਗੱਲ ਕਹਿੰਦੀ ਸੀ। ਕਹਿੰਦੀ ਅੱਬਾ ਜਾਨ ਨੀਤੀ ਨੇ ਤਾਂ ਕਹਿਤੀ ਜਿਹੜੀ ਗੱਲ ਕਹਿਣੀ ਸੀ, ਅਤੇ ਹੁਣ ਮੇਰਾ ਵਿਆਹ ਵਿਆਹ ਸਭ ਟੁੱਟ ਗਿਆ, ਅਤੇ ਹੁਣ ਇਹਦੇ ਨਾਲ ਮੈਨੂੰ ਜੋੜ ਦਿੱਤਾ, ਹੁਣ ਇਹਦੀ ਉਹ ਸੇਵਾ ਕਰੂ। ਸੇਵਾ ਕੀਤੀ ਅਤੇ ਦੂਜੇ ਦਿਨ ਭਾਈ ਚਿੱਤਰ ਸਿੰਘ ਚੜ੍ਹਾਈ ਕਰਕੇ ਉਸ ਬੱਚੀ ਨੇ ਸਾਰੀ ਉਮਰ ਵਿਆਹ ਦਿੱਤਾ। ਬਹੁਤ ਲੰਬੀ ਉਮਰ ਭੋਗ ਕੇ ਉੱਥੇ ਗੁਰਦੁਆਰਾ ਅੰਮ੍ਰਿਤ ਸਾਹਿਬ ਦੇ ਵਿੱਚ ਉਹਦੀ ਯਾਦ ਦੇ ਵਿੱਚ ਬਣਿਆ ਪਿਆ। ਇੱਛਾਵਾਂ ਵਰ ਪੂਰੇ ਹੁੰਦੇ ਹਨ ਉਸ ਥਾਂ ਦੇ ਉੱਤੇ। ਇਹ ਐਡੀ ਦੁਖਦਾਈ ਇਤਿਹਾਸ ਦੀ ਇਹ ਘਟਨਾਵਾਂ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕਰਨ ਵਾਲੇ ਮੁਸਲਮਾਨ, ਮਹਾਰਾਜ ਦੇ ਦੁੱਖ ਦੇਣ ਵਾਲੇ ਉਹ ਮੁਸਲਮਾਨ, ਅਤੇ ਜਿੱਥੇ ਜਿੱਥੇ ਚਰਨ ਪਾਏ ਹਨ ਉਹ ਧਰਤੀਆਂ ਪਵਿੱਤਰ ਹੁੰਦੀਆਂ ਗਈਆਂ ਹਨ। ਅਤੇ ਅਨੰਦਪੁਰ ਜਿਹੜਾ ਅਨੰਦਪੁਰ ਦਾ ਤਿਆਗ ਕਰ ਦਿੱਤਾ, ਅਨੰਦਪੁਰ ਦੇ ਤਿਆਗ ਤੋਂ ਬਾਅਦ ਮਹਾਰਾਜ ਚਮਕੌਰ ਦੇ ਜੰਗ ਵਿੱਚ ਆਏ ਹਨ। ਚਮਕੌਰ ਉਹ ਜਗ੍ਹਾ ਹੈ ਜਿਸ ਦੀ ਸਿੱਖ ਇਤਿਹਾਸ ਦੇ ਵਿੱਚ ਇੱਡੀ ਵੱਡੀ ਮਹੱਤਤਾ ਹੈ ਕਿ ਇਸ ਇਤਿਹਾਸ ਨੂੰ ਸੁਣ ਕੇ ਜਿਹੜੇ ਮੁਸਲਮਾਨ
ਮੁਸਲਮਾਨ ਹਨ ਉਹਨਾਂ ਦੇ ਵੀ ਦਿਲ ਰੋਣ ਲੱਗ ਜਾਂਦੇ, ਸਿੱਖਾਂ ਦੇ ਧਰਮ ਦਾ ਹੀ ਰੋਣਾ। ਜਿਹੜਾ ਯੋਗੀ ਅੱਲਾ ਯਾਰ ਖਾਂ ਸੀ, ਹਕੀਮ ਸੀ, ਇਹਨਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ ਵੀ ਤੂੰ ਐਡਾ ਵੱਡਾ ਕਵੀ ਹੈ, ਤੂੰ ਆ ਚਮਕੌਰ ਦੇ ਅਨੰਦਪੁਰ ਸਾਹਿਬ ਦੇ ਇਹਦੇ ਉੱਤੇ ਕਵਿਤਾ ਬਣਾ ਕੇ ਲਿਖ। ਉਹਨਾਂ ਦਿਨਾਂ ਦੇ ਵਿੱਚ ਇਹਨੇ ਗੰਜੇ ਸ਼ਹੀਦਾਂ ਅਤੇ ਸ਼ਹੀਦਾਂ ਦੇ ਵਤਨ, ਗੰਜੇ ਸ਼ਹੀਦਾਂ ਅਤੇ ਸ਼ਹੀਦਾਂ ਦੇ ਵਤਨ ਦੋ ਕਿਤਾਬਾਂ ਲਿਖੀਆਂ ਸਨ ਜਿਹੜੀਆਂ ਸਾਡਾ ਅਮੁੱਲਾ ਇਤਿਹਾਸ ਦਰਸਾਉਂਦੀਆਂ ਨੇ। ਇੰਨੀਆਂ ਪਿਆਰੀਆਂ ਨੇ ਲਿਖੀਆਂ ਨੇ, ਉਹਨਾਂ ਕਿਤਾਬਾਂ ਨੂੰ ਪੜ੍ਹ ਕੇ ਨਾ ਸਿੱਖ ਨੇ ਜਿਹੜੇ ਉਹ ਧਾਹਾਂ ਮਾਰ ਮਾਰ ਰੋਣ ਲੱਗ ਜਾਂਦੇ। ਇਹ ਸਭਾ ਦੇ ਵਿੱਚ ਵੀ ਸਭਾ ਲੱਗਦੀ ਸੀ ਅਨੰਦਪੁਰ ਸਾਹਿਬ ਦੇ ਵਿੱਚ ਅਤੇ ਚਮਕੌਰ ਦੇ ਵਿੱਚ, ਮਾਛੀਵਾੜੇ ਦੇ ਵਿੱਚ, ਇਹ ਜਾ ਕੇ ਸਭਾ ਦੇ ਵਿੱਚ ਬੋਲ ਬੋਲ ਕੇ ਸੁਣਾਉਂਦਾ ਹੁੰਦਾ ਸੀ, ਲੋਕ ਧੰਨ ਧੰਨ ਕਰ ਉੱਠਦੇ ਸੀ। ਇਸ ਦੀ ਇਸ ਗੱਲ ਨੂੰ ਦੇਖ ਕੇ ਮੁਸਲਮਾਨਾਂ ਨੇ ਇਹਨੂੰ ਮੁਸਲਮਾਨ ਮੱਤ ਦੇ ਵਿੱਚੋਂ ਕੱਢ ਦਿੱਤਾ ਵੀ ਤੂੰ ਕਾਫਰਾਂ ਦੇ ਪੀਰ ਦੀ ਸੋਭਾ ਕਰਦਾ, ਤੂੰ ਕਾਫਰਾਂ ਦੇ ਪੀਰ ਦੀ ਸੋਭਾ ਕਰਦਾ ਹੈ, ਤੈਨੂੰ ਅਸੀਂ ਮੁਸਲਮਾਨ ਮੱਤ ਦੇ ਵਿੱਚ ਹੀ ਰੱਖਣਾ, ਇਹਨੂੰ ਕੱਢ ਦਿੱਤਾ। ਅਤੇ ਜਦੋਂ 10-20 ਸਾਲ ਲੰਘ ਗਏ, ਇਹਨੂੰ ਸਾਧ ਸੰਗਤ ਮੁਸਲਮਾਨ ਕਹਿਣ ਲੱਗੇ ਵੀ ਅੱਜ ਜੁੰਮੇ ਦੀ ਨਮਾਜ਼ ਹੈ, ਵੱਡੀ ਨਮਾਜ਼ ਆਈ ਹੈ ਜੁੰਮੇ ਦੀ ਨਮਾਜ਼, ਉਸ ਨਮਾਜ਼ ਦੇ ਵੇਲੇ ਚੱਲ ਤੈਨੂੰ ਮਸੀਤ ਦੇ ਵਿੱਚ ਲੈ ਚੱਲੀਏ ਅਤੇ ਤੈਨੂੰ ਉੱਥੇ ਮਾਫੀ ਦਵਾ ਦਈਏ, ਖਿਮਾ ਕਰਵਾ ਦਈਏ। ਏਡਾ ਇਹ ਮੁਸਲਮਾਨ ਪੱਕਾ ਸੀ ਅਤੇ ਕਹਿਣ ਲੱਗਿਆ ਵੀ ਮੈਂ ਮਾਫੀ ਤਾਂ ਮੰਗਾ ਜੇ ਮੈਂ ਗਲਤੀ ਕੀਤੀ ਹੋਵੇ, ਗਲਤੀ ਤਾਂ ਮੈਂ ਕੀਤੀ ਹੋਈ ਨਹੀਂ ਕੋਈ, ਮੈਂ ਸਿਫਤ ਸੱਚ ਦੀ ਸਿਫਤ ਕੀਤੀ। ਤੁਸੀਂ ਦੱਸੋ ਵੀ ਤੁਸੀਂ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਇਹ ਝੂਠੀਆਂ ਨੇ? ਤੁਸੀਂ ਕਹਿ ਦਿਓ ਵੀ ਰਮਜੀਨ ਨੇ ਇਹ ਉਹ ਮੁਸਲਮਾਨ ਮੁਸਲਮਾਨ ਮਤ ਦਾ ਵਾਅਦਾ ਕੀਤਾ, ਸਰਮਦ ਨੂੰ ਉਹਦੇ ਮਾਰਿਆ ਅਤੇ ਸਰਮਦ ਇਹ ਇਸਲਾਮ ਦਾ ਵਾਅਦਾ ਕੀਤਾ, ਕੋਈ ਪੀਰ ਫਕੀਰ ਛੱਡੇ ਹੀ ਨਹੀਂ, ਇਸਲਾਮ ਦਾ ਵਾਅਦਾ ਕੀਤਾ, ਅਤੇ ਜਿਹੜਾ ਔਰੰਗਜ਼ੇਬ ਹੈ ਔਰੰਗਜ਼ੇਬ ਕਿੱਧਰੋਂ ਪੱਕਾ ਮੁਸਲਮਾਨ ਹੋ ਗਿਆ, ਕਿਵੇਂ ਮੁਸਲਮਾਨ ਹੋਇਆ ਦੱਸੋ? ਨਮਾਜ਼ਾਂ ਪੜ੍ਹਨ ਨਾਲ ਤਾਂ ਹੀ ਮੁਸਲਮਾਨ ਬਣਦਾ ਕੋਈ, ਜੇ ਜ਼ੁਲਮ ਕਰੇ। ਪੀਰ ਦੇ ਬੱਚੇ ਵੀ ਨਹੀਂ ਉਹਨੇ ਛੱਡੇ, ਮਾਸੂਮ ਬੱਚੇ ਹਨ ਜਿਹੜੇ ਉਹ ਵੀ ਮਾਰ ਛੱਡੇ ਨੇ, ਉਹ ਮੁਸਲਮਾਨ ਕਿੱਧਰੋਂ ਹੋਇਆ? ਦੇਖੋ ਵੱਡੇ ਸਾਹਿਬਜ਼ਾਦੇ ਵੱਡੇ ਸਾਹਿਬ ਸਾਹਿਬਜ਼ਾਦੇ ਦੋਵੇਂ ਜੰਗ ਦੇ ਵਿੱਚ ਸ਼ਹੀਦ ਹੋਏ ਨੇ ਅਤੇ ਮਹਾਰਾਜ ਨੇ ਜੈਕਾਰੇ ਛੱਡੇ ਨੇ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਗਾਥਾ ਮਹਾਰਾਜ ਨੇ ਨੂਰੇ ਮਾਹੀ ਤੋਂ ਸੁਣੀ ਹੈ ਨਾ, ਹਜ਼ੂਰ ਦਾ ਦਿਲ ਇੰਨਾ ਪਸੀਜ ਗਿਆ ਵੀ ਲੋਕ ਇੰਨਾ ਜ਼ਿਆਦਾ ਗਿਰ ਗਏ ਨੇ, ਹਕੂਮਤਾਂ ਇੰਨੀਆਂ ਜ਼ਿਆਦਾ ਗਿਰ ਗਈਆਂ ਨੇ, ਡਿੱਗ ਗਈਆਂ ਨੇ, ਜ਼ਮੀਰੇ ਦੀ ਮਰ ਗਈ ਹੈ, ਨਿੱਕੇ ਨਿੱਕੇ ਦੁੱਧ ਪੀਣ ਵਾਲੇ ਜਿਹੜੇ ਮਾਸੂਮ ਬੱਚੇ ਨੇ ਉਹਨਾਂ 'ਤੇ ਵੀ ਤਰਸ ਨਹੀਂ ਕਰਦੇ। ਇਹ ਰਾਜ ਨਹੀਂ ਰਹਿਣਾ ਚਾਹੀਦਾ, ਇਹ ਰਾਜ ਖਤਮ ਹੋ ਗਿਆ। ਅਤੇ ਕਾਹੀ ਦਾ ਬੂਟਾ ਮਹਾਰਾਜ ਪੁੱਛਦੇ ਸੀ, ਕਾਹੀ ਦਾ ਬੂਟਾ ਪੁੱਟਿਆ ਗਿਆ, ਮੁਗਲ ਰਾਜ ਵੀ ਖਤਮ ਹੋ ਗਿਆ। ਐਡਾ ਵੱਡਾ ਮੁਗਲ ਰਾਜ, ਹਜ਼ਾਰ ਸਾਲ ਤੱਕ ਹਿੰਦੁਸਤਾਨ 'ਤੇ ਰਾਜ ਕਰਨ ਵਾਲਿਆਂ ਦਾ ਰਾਜ ਹੈ ਜਿਹੜਾ ਮਹਾਰਾਜ ਦੇ ਵਚਨਾਂ ਨਾਲ ਨਾਸ ਹੋ ਗਿਆ, ਖਤਮ ਹੋ ਗਿਆ। ਬੱਚਿਆਂ ਦੇ ਉੱਤੇ ਜ਼ੁਲਮ ਜਿਹੜਾ ਹੋਇਆ ਕਿੱਡਾ ਭਿਆਨਕ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸ਼ੇਰ ਸਿੰਘ ਨੇ ਰਾਜ ਕੀਤਾ, ਸ਼ੇਰ ਸਿੰਘ ਨੂੰ ਸੰਧਾ ਵਾਲੀਆਂ ਨੇ ਕਤਲ ਕਰ ਦਿੱਤਾ। ਉਹਦਾ ਲੜਕਾ ਸੀ ਪ੍ਰਤਾਪ ਸਿੰਘ, ਮੋਟੀਆਂ ਮੋਟੀਆਂ ਅੱਖਾਂ, ਬੜਾ ਸੁੰਦਰ, ਬੜੀ ਸੋਹਣੀ ਉਹਦੀ ਦੇਹ। ਅਤੇ ਲਹਿਣਾ ਸਿੰਘ ਸੰਧਾ ਵਾਲੀ ਜਦ ਉਹਨੂੰ ਕਤਲ ਕਰਨ ਗਿਆ ਅਤੇ ਉਹ ਕਹਿੰਦਾ ਵੀ ਤਾਇਆ ਜੀ ਕਹਿੰਦਾ ਮੈਂ ਜੋ ਕੁਛ ਤੁਸੀਂ ਕਹੋ ਕਹਿੰਦਾ ਮੈਂ ਉਹੀ ਮੰਨੂੰਗਾ, ਕਹਿੰਦਾ ਮੈਨੂੰ ਮਾਰਿਓ, ਤਲਵਾਰ ਹੱਥ ਫੜੀ। ਪਰ ਐਡਾ ਜ਼ਿਆਦਾ ਜ਼ਾਲਮ ਦਿਨ ਹੋਇਆ, ਸੰਧਾ ਵਾਲੀਆਂ ਨੇ ਉਹਦਾ ਵੀ ਸਿਰ ਕੱਟ ਕੇ ਪਾਛੇ ਦੇ ਉੱਤੇ ਕੱਟ ਲਿਆ। ਪਿੰਡਾਂ ਦੇ ਜਿਹੜੇ ਲੋਕ ਸਨ ਉਸ ਬੱਚੇ ਦੀਆਂ ਮੋਟੀਆਂ ਮੋਟੀਆਂ ਅੱਖਾਂ, ਖੁੱਲ੍ਹੇ ਵਾਲ ਦੇ ਪਿੱਛੇ ਡਿੱਗ ਪਈ, ਪੱਗ ਉਹਦੀ ਲਹਿ ਗਈ ਸਿਰ ਤੋਂ ਅਤੇ ਦਾਨ ਕਰਦਾ ਸੀ ਉਹ ਸੋਹਣਾ ਦਾਨ ਮੇਰੀ ਬੰਦ ਕਰਨ ਲੱਗਿਆ ਹੋਇਆ, ਮੋਟੀਆਂ ਮੋਟੀਆਂ ਅੱਖਾਂ, ਰੋਵਿਆਂ ਦੀਆਂ ਅੱਖਾਂ 'ਚ ਹੰਝੂ ਹੋਵੇ। ਲੋਕ ਪਿੰਡਾਂ ਦੇ ਕਹਿਣ ਵੀ ਇਹ ਰਾਜ ਰਹਿਣ ਵਾਲਾ ਹੈ, ਇਹ ਰਾਜ ਦੇ ਵਿੱਚ ਬੁਰਛਾ ਕਰਦੀ ਸ਼ੁਰੂ ਹੋ ਗਈ, ਇਹ ਰਾਜ ਖਤਮ ਹੋ ਗਿਆ, ਸਿੱਖਾਂ ਦਾ ਰਾਜ ਉੱਡ ਗਿਆ। ਬੱਚਿਆਂ ਦੇ ਉੱਤੇ ਪਾਪ ਕਰਨ ਨਾਲ, ਜ਼ੁਲਮ ਕਰਨ ਨਾਲ, ਸਾਧਾਂ ਨੂੰ ਮਾਰਨ ਨਾਲ, ਬਾਬੇ ਵੀਰ ਸਿੰਘ ਵਰਗੇ ਸਾਧਾਂ ਨੂੰ ਮਾਰਨ ਨਾਲ, ਬੱਚਿਆਂ ਨੂੰ ਮਾਰਨ ਕਰਕੇ ਅਤੇ ਇਹ ਰਾਜ ਸਿੱਖਾਂ ਦਾ ਖਤਮ ਹੋ ਗਿਆ। ਮਹਾਰਾਜ ਨਹੀਂ ਇਹੋ ਜਿਹਾ ਰਾਜ ਚਾਹੁੰਦੇ ਜਿੱਥੇ ਜ਼ੁਲਮ ਹੋਵੇ, ਜਿੱਥੇ ਪਾਪ ਹੋਵੇ। ਹੁਣ ਤੁਸੀਂ ਦੇਖੋ ਗੁਰਦੁਆਰਾ ਅੰਬ ਸਾਹਿਬ ਹੈ, ਉੱਥੇ ਸਿੰਘ ਬੈਠਾ ਭਾਈ ਗੁਰਬਖਸ਼ ਸਿੰਘ, ਬੜਾ ਸਿੱਧਾ ਸਾਦਾ ਸਿੰਘ ਹੈ ਅਤੇ ਇੰਨਾ ਸਮਾਂ ਸਿੰਘਾਂ ਨੇ ਸ਼ਸਤਰਾਂ ਦੇ ਨਾਲ ਜੰਗ ਕੀਤੀ, ਉਹਨਾਂ ਨੂੰ ਖਾੜਕੂ ਕਹਿ ਕੇ ਬਦਨਾਮ ਕੀਤਾ ਗਿਆ ਅਤੇ ਹੁਣ ਉਹ ਸ਼ਾਂਤਮਈ ਤਰੀਕੇ ਦੇ ਨਾਲ ਬੈਠਾ। ਹਿੰਦੁਸਤਾਨ ਦੇ ਸਾਰੇ ਅਖਬਾਰ ਕਿਹੜੇ ਅਖਬਾਰ ਨੇ, ਕੋਈ ਉਹਦੀ ਖਬਰ ਨਹੀਂ ਦੇ ਕੇ ਰਹਿ, ਰੇਡੀਓ ਦੇ ਉੱਤੇ ਕੋਈ ਖਬਰ ਨਹੀਂ, ਕੋਈ ਟੈਲੀਵਿਜ਼ਨ ਦੇ ਉੱਤੇ ਖਬਰ ਨਹੀਂ, ਜਿੰਨੀਆਂ ਖਬਰਾਂ ਨੇ ਯੂਟਿਊਬ 'ਤੇ ਜਿੰਨੇ ਲੋਕ ਲਾ ਦਿੰਦੇ ਉਹ ਲਾਉਂਦੇ ਨੇ ਸਾਰੇ, ਅਤੇ ਉਹ
मुख उहदा निशाना की है वी जिन्ने जेलां दे विच कैद हो चुके सिख बैठे ने उहनां सारिआं नूं रिहा कर दिता। देखो कानून ने यह व्यवस्था की हुई है वी जिन्ने जिहड़े जिहड़े सज़ा भोग चुके ने उहनां नूं अदालत छड्ड दिंदी है, बाकी नाल दे छड्डे गए पर सिख छड्डे नहीं जा रहे। मैं यूट्यूब ते नवकरण सिंह वकील है, बड़ा तकड़ा वकील, खाटकों के सिंह ने उन्हें केस लड़े ने, कहते भी छड़ते क्यों नहीं, सरकार कहती साडा कोई रोल नहीं है। देखो सिखा की हालत कैसी है, कहो जहाँ डबल स्टैंडर्ड वरत्या जा रहा है। कहता जिहड़े डीसी ने वह ये लिख के दे देंगे, डीसी सरकार का बंदा, एस एस पी सरकार का बंदा, सरकार के अफसर ने यह लिख के दे देंगे भी जे ये सिंह जेल के विचों कढ दिता तो ये अतवाद फिर पैगा। भी साल तक कुट पुट के वो मिज कढ दी, ना वो माँ प्यो मिल दिता, ना परोलते छड़िया, ना भैन भरावान मिल दिता, ना समाज के बाहर जान दिता, वो तो टुट गया सारे समाज के नाल। हुण वो अतवाद किवें फैलाऊगा, किहड़े तरीके नाल अतवाद फैलाऊगा, तो दिमाग है जिहड़ा वो सारा खत्म कर दिता गया। ये सरकार ने जिहड़ी सरकार काम कर दी है, तो सरकार ने जिहड़ियां सरकार इहो जिहे काम करदियां ने जिहड़े आम लोगों को पता ही नहीं, उपरों होर दिखाउणा कुछ ते करना कुछ होर है, ते भुखा 30-32 दिन बैठे भुखे हो गए, अजे सरकार दे काम ते जुड़ नहीं सकदी। जे शांतमई ढंग नाल चलीए तां सरकार नूं पुछदी, जे हथियार चकीए फिर सिव्या दे विच दीवे ज़्यादा बलदे ने, घरां च दीवे बलन तों बढ़ जांदे। हुण तक 20-25 साल का समा आपां ने हटा के देखिया भी एक पीढ़ी है जी खत्म कर दी गई, यह हाल जिहड़ियां ने सरकार कर दियां ने। सो गुरु गोबिंद सिंह महाराज जी ने यह परवाह ना करते हुए, शरीर की परवाह, जाना की परवाह ना करते हुए, पहला अपना आपा, अपना पिता है जिहड़ा सब तो प्यारा, पिता का दान सतगुरु जी ने, फिर सब तो प्यारे पुत होंदे ने, अपना भविख होंदा है पुत्तां दा दान सतगुरु महाराज जी। कोई दुनिया के पैगंबरी इतिहास खोल के देखो, पैगंबरी इतिहास के जो पुतों की गल आती है तो पैगंबर भी कंबते देखे, पैगंबर भी थर थर कंबते देखे ने। अगर तकीसा जी बारे वचन आता है जो उन्होंने कहा कि फांसी जी है सूली आ गई, तो उन्होंने भी ये वचन किए सन, यही लामी खुदास धामी, ये वचन हिब्रू के आता, मैं विसर गया है भी, हे वाह हे अल्लाह हे लॉर्ड, ये मेरे खातर एडा दुख लिखा है, पर गुरु गोबिंद सिंह महाराज का जीरा देखो, साथ संग जिगरा देखो, गुरु गोबिंद सिंह साहब सच्चे पातशाह का दो पुत्रां नूं सिखां दे नाल अपने सामने जग दे विच शहीद कराया, ते छोटे पुत्र हन जिहड़े ओह नीहां दे विच शहीद हो गए, माता भी शहीद, पिता भी शहीद, जिन्हें भैन भरा हैं भूआ के पुत्र वह भी शहीद, किड्डा बड़ा दान है उन्होंने शहीदियों नूं याद। आ जो समा है इन्हों दसंबर का महीना, यह शहीदियों नूं याद करने का समा है। तो आप गुरु तेग बहादुर महाराज सच्चे पातशाह का इतिहास पढ़ते हाँ, गुरु तेग बहादुर महाराज का समा है औरंगजेब का समा है। कश्मीरी पंडित हैं, देखो गुरु तेग बहादुर महाराज ਦਾ ਦਾਨ ਕਿਹੋ ਜਿਹਾ ਦਿੱਤਾ। ਕਸ਼ਮੀਰੀ ਪੰਡਿਤ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆਏ ਨੇ, ਅਤੇ ਕਸ਼ਮੀਰੀ ਪੰਡਿਤਾਂ ਨੂੰ ਪੁੱਛਿਆ, ਮਹਾਰਾਜ ਦੇਖ ਕੇ ਹੱਸੇ ਉਹਨਾਂ ਨੂੰ, ਕਹਿੰਦੇ ਪੰਡਿਤ ਜੀ ਕਿਵੇਂ ਆਏ, ਕਹਿੰਦੇ ਮਹਾਰਾਜ ਸਾਡੇ 'ਤੇ ਆਹ ਜ਼ੁਲਮ ਹੋ ਰਿਹਾ ਅਤੇ ਸਾਨੂੰ ਕਿਤੇ ਕੋਈ ਰਾਹ ਨਹੀਂ ਦਿੰਦਾ, ਅਸੀਂ 8 ਦਿਨ ਭੁੱਖੇ ਬੈਠ ਕੇ ਅਮਰਨਾਥ ਦੇ ਮੰਦਰ ਦੇ ਵਿੱਚ ਆਰਾਧਨਾ ਕੀਤੀ ਸ਼ਿਵਜੀ ਦੀ, ਅਤੇ ਸਾਡੇ ਭੁੱਖਿਆਂ ਦੇ ਵਿੱਚ ਉਹਦੀ ਚਿੱਠੀ ਡਿੱਗੀ ਹੈ ਵੀ ਆਹ ਤੁਹਾਡਾ ਜਿਹੜਾ ਬਚਾਅ ਕਰਨ ਵਾਲਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨੌਵਾਂ ਜਾਮਾ ਬੈਠਾ, ਉਹਦੇ ਕੋਲ ਜਾਓਗੇ ਤਾਂ ਤੁਹਾਡਾ ਬਚਾਅ। ਅਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੇ ਵਿੱਚ ਸਾਰੇ ਪੰਡਿਤ ਕਸ਼ਮੀਰ ਤੋਂ ਚੱਲ ਕੇ ਗਏ, ਅਤੇ ਮੈਨੂੰ ਸਮਝ ਨਹੀਂ ਆਉਂਦੀ ਹੈ ਵੀ ਜਿਹੜੇ ਪੰਡਿਤ ਨੇ, ਪੰਡਿਤ ਸਭ ਤੋਂ ਵਿਦਵਾਨ ਕਸ਼ਮੀਰ ਦੇ ਵਿੱਚ ਸੀ, ਵੇਦਾਂ ਦੇ ਪੜ੍ਹੇ, ਅਤੇ ਹੁਣ ਵੀ ਵੇਦਾਂ ਦੇ ਪੜ੍ਹੇ ਹੋਏ ਕਸ਼ਮੀਰ 'ਚ ਬੈਠੇ ਨੇ, ਹਰਿਦੁਆਰ ਦੇ ਵਿੱਚ ਬੈਠੇ ਨੇ, ਕਣਖਲ ਦੇ ਵਿੱਚ ਬੈਠੇ ਨੇ, ਕਾਸ਼ੀ ਦੇ ਵਿੱਚ ਬੈਠੇ ਨੇ, ਹੁਣ ਪੰਡਤਾਂ ਦੀ ਵਰਤੋਂ ਕੀ ਹੋ ਗਿਆ। ਜੇ ਰਾਜ ਆ ਗਿਆ, ਜਿਨ੍ਹਾਂ ਨੇ ਇਹ ਗੱਲ ਕਹੀ ਸੀ ਮਾਸਟਰ ਤਾਰਾ ਸਿੰਘ ਨੂੰ,
ਕਿ ਤੁਸੀਂ ਜਿਹੜਾ ਗੁਲਾਮ ਹਿੰਦੂ ਦੇ ਨਾਲ ਰਹਿ ਕੇ ਦੇਖਿਆ ਦੇਖੋ ਦੀ ਦੂਰਦਰਸ਼ੀ ਦੇ ਵਕੀਲ ਸੀ ਉਹ ਡਾਕਟਰ ਮੁਹੰਮਦ ਇਕਬਾਲ ਤੇ ਜਨਾਹ ਦੋਵੇਂ ਵਕੀਲ ਸਨ ਦੋਵੇਂ ਬੜੇ ਬੜੇ ਦੂਰਦੇਸ਼ ਸਨ ਸਾਡੇ ਵਿੱਚ ਇੰਨਾ ਪੜ੍ਹਿਆ ਲਿਖਿਆ ਕੋਈ ਹੈ ਅਸੀਂ ਸਿੱਖਾਂ ਦੇ ਵਿੱਚ ਜਿਹਦੇ ਕਰਕੇ ਅਸੀਂ ਨੱਠ ਕੇ ਜਾ ਕੇ ਹਰੇਕ ਗੱਲ ਨਹਿਰੂ ਨੂੰ ਦੱਸ ਦਿੰਦੇ ਸੀ ਵਿੱਦਿਆ ਨੂੰ ਅਸੀਂ ਵਿੱਦਿਆ ਦੇ ਬੈਰੀ ਬਣੇ ਹੋਏ ਹਾਂ ਪੜ੍ਹੇ ਲਿਖੇ ਦੀ ਵੀ ਗੱਲ ਮੰਨਣੀ ਕਪੂਰ ਸਿੰਘ ਸਾਡੇ ਵਿੱਚ ਪੜ੍ਹਿਆ ਲਿਖਿਆ ਜੀ ਉਹਦੀ ਗੱਲ ਅਸੀਂ ਸੁਣੀ ਹੋਈ ਸੋ ਕਹਿੰਦਾ ਵੀ ਤੁਸੀਂ ਆਜ਼ਾਦ ਹਿੰਦੂ ਹੈ ਜਿਹੜਾ ਉਹਦਾ ਸੁਭਾਅ ਨਹੀਂ ਦੇਖਿਆ ਤੁਸੀਂ ਗੁਲਾਮ ਦਾ ਦੇਖਿਆ ਜਿੱਦਣ ਆਜ਼ਾਦ ਹੋ ਗਿਆ ਫਿਰ ਤੁਸੀਂ ਮੈਨੂੰ ਯਾਦ ਕਰੋ ਉਹ ਸਾਧ ਸੰਗਤ ਉਹਦੀ ਗੱਲ ਆਪਾਂ ਹੁਣ ਦੇਖਦੇ ਹਾਂ ਜਦੋਂ ਆਜ਼ਾਦ ਹੋਇਆ ਬ੍ਰਾਹਮਣ ਆਜ਼ਾਦ ਹੋਇਆ ਆਜ਼ਾਦ ਬ੍ਰਾਹਮਣ ਨੇ ਸਿੱਖਾਂ ਨੂੰ ਨਿਆਂ ਦਿੱਤਾ ਹੀ ਨਹੀਂ ਨਿਆਂ ਹੀ ਨਹੀਂ ਦਿੱਤਾ ਦੇਖ ਲਓ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਹੋਈ ਹੈ ਤੇ ਉਸ ਜਿਹੜਾ ਗੁਰਦੁਆਰਾ ਸਾਹਿਬ ਚਾਂਦਨੀ ਚੌਂਕ ਹੈ ਉੱਥੇ ਤੱਕ ਇਹਦੇ ਹੱਥ ਪਹੁੰਚ ਗਏ ਨੇ ਉਸ ਗੁਰਦੁਆਰੇ ਨੂੰ ਵੀ ਸਾੜਨ ਦੀ ਕੋਸ਼ਿਸ਼ ਹੋਈ ਹੈ ਦਿੱਲੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸ਼ਹੀਦ ਕਰ ਦਿੱਤੇ ਗਏ ਉੱਥੇ ਇਹ ਨਹੀਂ ਦੇਖਿਆ ਹੁਣ ਤਾਂ ਅਸੀਂ ਕਹਿੰਦੇ ਅਸੀਂ ਕਾਂਗਰਸੀ ਸਿੱਖਾਂ ਅਸੀਂ ਅਕਾਲੀ ਸਿੱਖਾਂ ਉਹਨਾਂ ਨੇ ਕੋਈ ਨਹੀਂ ਦੇਖਿਆ ਜਿਹਦੇ ਮੂੰਹ ਤੇ ਦਾੜਾ ਕੇਸ ਹੋਇਆ ਕਾਂਗਰਸੀ ਆ ਨਟਧਾਰੀ ਆ ਰਾਧਾ ਸੁਆਮੀ ਆ ਕੋਈ ਆ ਹਰੇਕ ਪੜ੍ਹ ਕੇ ਟੁਕੜੇ ਟੁਕੜੇ ਕਰਕੇ ਛੱਡ ਦਿੱਤਾ ਗਿਆ ਨਾ ਨਾਲ ਸਿਰਫ ਭਣ ਪਿੰਡ 'ਚ ਪੈ ਜਾਵੇ ਵੀ ਇਹ ਗੁਰਦੁਆਰੇ ਜਾਣ ਵਾਲਾ ਇਹ ਸਿੱਖ ਹੈ ਵੱਢ ਕੇ ਛੱਡ ਦਿੱਤਾ ਬ੍ਰਾਹਮਣ ਦੀ ਮੱਤ ਕਿਤੇ ਹੋਰ ਤਾਂ ਸਾਰੀਆਂ ਗੱਲਾਂ ਆਪਾਂ ਮੰਨ ਲਈਏ ਚਲੋ ਦੋ ਘੜੀ ਮੰਨ ਵੀ ਲਈਏ ਪਰ ਐਡੀ ਮੱਤ ਪਸ਼ੂਆਂ ਵਾਲੀ ਬਣ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਵੀ ਬੇਅਦਬ ਕਰਨ ਤੁਰ ਪੈਣ ਇਹਨਾਂ ਦੀ ਮੱਤ ਕਿੱਥੇ ਗਈ ਹੈ ਇਹਨਾਂ ਦੇ ਵਿੱਚ ਭਗਤ ਜੈਦੇਵ ਬੈਠਾ ਹੈ ਇਹਨਾਂ ਦੇ ਵਿੱਚ ਭਗਤ ਨਾਮਦੇਵ ਬੈਠਾ ਉਹ ਇਹਨਾਂ ਦੇ ਵਿੱਚੋਂ ਗੌੜ ਬ੍ਰਾਹਮਣਾਂ ਦੇ ਵਿੱਚੋਂ ਹੈ ਬਾਣੀ ਬ੍ਰਹਮ ਗਿਆਨ ਦੀ ਜਿਹਨੇ ਦਾਨ ਦੇਣਾ ਹੈ ਇੰਨੀ ਮੱਤ ਮਾਰੀ ਗਈ ਇਸੇ ਕਰਕੇ ਸਾਨੂੰ ਚੇਤਾਵਨੀ ਮਹਾਰਾਜ ਨੇ ਦਿੱਤੀ ਹੈ ਗੁਰੂ ਭਗਤ ਨਾਮਦੇਵ ਜੀ ਦੀ ਰਸਨਾ ਰਾਹੀਂ ਕਿ ਹਿੰਦੂ ਪੰਨਾ ਤੁਰਕੂ ਕਾਣਾ ਆਪਾਂ ਪੰਕਤੀ ਇਹ ਪਾਠ ਸੁਣਿਆ ਪਰ ਵਿਚਾਰੀ ਕਦੇ ਵੀ ਨਹੀਂ ਕਿਸੇ ਨੇ ਵੀ ਨਹੀਂ ਵਿਚਾਰੀ ਇਹ ਪੰਕਤੀ ਹੁਣ ਵੀ ਨਹੀਂ ਆਪਾਂ ਵਿਚਾਰਦੇ ਵੀ ਹਿੰਦੂ ਨੂੰ ਅੰਨਾ ਕਿਉਂ ਕਿਹਾ ਜਿੰਨੇ ਤੁਰਕ ਸਨ ਮੁਸਲਮਾਨ ਸਨ ਜਦੋਂ ਉਹਨਾਂ ਨੇ ਕੋਈ ਫੈਸਲਾ ਲੈਣਾ ਸੀ ਲੈਣਾ ਹੁੰਦਾ ਸੀ ਉਹ ਕਾਜ਼ੀ ਨੂੰ ਸੱਦ ਲੈਂਦੇ ਸਨ ਤੁਸੀਂ ਦੇਖੋ ਜਦੋਂ ਸਾਹਿਬਜ਼ਾਦਿਆਂ ਨੂੰ ਫੈਸਲਾ ਦਿੱਤਾ ਗਿਆ ਵੀ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾਵੇ ਖੂਨ ਨਹੀਂ ਇਹਨਾਂ ਨਾਲ ਖੁੱਲ੍ਹਣਾ ਚਾਹੀਦਾ ਕੀ ਸਜ਼ਾ ਦਿੱਤੀ ਜਾਵੇ ਕਾਜ਼ੀਆਂ ਨੂੰ ਸੱਦ ਕੇ ਦਿੱਤਾ ਵੀ ਸ਼ਰ੍ਹਾਂ ਦੇ ਖਿਲਾਫ਼ ਕੀ ਕੰਮ ਕੀਤਾ ਇਹਨਾਂ ਨੇ ਕੋਈ ਲੱਭਦਾ ਹੀ ਨਹੀਂ ਸੀ ਵੀ ਇਹਨਾਂ ਦੋਸ਼ ਕੀ ਕੀਤਾ ਕੋਈ ਦੋਸ਼ ਨਾ ਲੱਭਿਆ ਸੁੱਚਾ ਨੰਦ ਨੇ ਜਾ ਕੇ ਕਹਾਣੀ ਘੜੀ ਵੀ ਇਹਨਾਂ ਨੂੰ ਮਠਿਆਈਆਂ ਵਾਲੀ ਦੁਕਾਨ 'ਤੇ ਲੈ ਕੇ ਗਿਆ ਇਹਨਾਂ ਨੂੰ ਹਥਿਆਰਾਂ ਵਾਲੀ 'ਤੇ ਲੈ ਕੇ ਗਿਆ ਇਹਨਾਂ ਨੇ ਹਥਿਆਰ ਖਰੀਦੇ ਕਹਿੰਦਾ ਜੀ ਹਥਿਆਰ ਖਰੀਦਦੇ ਨੇ ਬਾਗੀ ਦੇ ਬੱਚੇ ਬਾਗੀ ਸੱਪ ਦੇ ਬੱਚੇ ਸੱਪ ਇਹ ਹੁਣ ਨਹੀਂ ਕੁਛ ਕਹਿੰਦੇ ਤਾਂ ਵੱਡੇ ਹੋ ਕੇ ਕਹਿਣਗੇ ਇਸ ਬਿਨਾਹ ਦੇ ਉੱਤੇ ਕਾਜ਼ੀ ਨੇ ਇਹ ਫੈਸਲਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਵਿੱਚ ਜਿਉਂਦਿਆਂ ਨੂੰ ਚਿੰਨਾ ਚਾਹੀਦਾ ਘੱਟੋ ਘੱਟ ਕਾਜ਼ੀ ਦਾ ਫੈਸਲਾ ਤਾਂ ਲੈਂਦੇ ਸਨ ਪਰ ਇਹਨਾਂ ਦੇ ਵਿੱਚ ਕੋਈ ਫੈਸਲਾ ਲੈਂਦਾ ਹੀ ਨਹੀਂ ਹੈ ਦੇਖਦਾ ਹੀ ਨਹੀਂ ਹੈ ਜਿਹੜਾ ਸਿੱਖ ਆ ਪੜ੍ਹ ਕੇ ਪੜ੍ਹਦੇ ਹੋ ਇਹਨਾਂ ਦਾ ਗੁਰੂ ਆ ਸਾੜ ਦੇ ਪੜ੍ਹ ਕੇ ਕੋਈ ਵੀ ਹੈ ਜਿਹੜਾ ਪੜ੍ਹ ਕੇ ਸਿੱਟੀ ਜਾਣਾ ਹੁਣ ਨਿਆਂ ਨਹੀਂ ਦੇਣਾ ਹਿੰਦੂ ਖਾਤਰ ਵੱਖਰਾ ਨਾ ਨਿਆਂ ਮੁਸਲਮਾਨ ਖਾਤਰ ਵੱਖਰਾ ਨਿਆਂ ਅਤੇ ਸਿੱਖਾਂ ਖਾਤਰ ਵੱਖਰਾ ਕਾਨੂੰਨ ਵੱਖਰੇ ਵੱਖਰੇ ਨਿਆਂ ਭਾਈ ਗੁਰਬਖਸ਼ ਸਿੰਘ ਨੂੰ ਪੁੱਛਿਆ ਵੀ ਤੂੰ ਸਿਰਫ ਸਿੱਖਾਂ ਦੀ ਰਿਹਾਈ ਚਾਹੁੰਦਾ ਕਹਿੰਦਾ ਨਾ ਜੀ ਮੈਂ ਕਹਿੰਦਾ ਸਿੱਖਾਂ ਦੀ ਰਿਹਾਈ ਕਿਉਂ ਮੈਂ ਕਹਿੰਦਾ ਵੀ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਵੀ ਸਜ਼ਾ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਚਾਹੇ ਸਿੱਖ ਹੈ ਕੋਈ ਵੀ ਹੈ ਜਿਹੜਾ ਜਿਹੜਾ ਆਪਣੀ ਸਜ਼ਾ ਭੁਗਤ ਚੁੱਕਿਆ ਉਹਨੂੰ ਰਿਹਾ ਕਰ ਦੇ ਕਿੱਡੀ ਸਿੱਧੀ ਸਾਦੀ ਸੋਚ ਹੈ ਇਹੋ ਜਿਹੀ ਵੀ ਗੱਲ ਮੰਨਣ ਨੂੰ ਸਰਕਾਰ ਤਿਆਰ ਸੋ ਇਹਨੂੰ ਜ਼ੁਲਮ ਕਹਿੰਦੇ ਹਨ ਇਹਨੂੰ ਪਾਪ ਕਹਿੰਦੇ ਹਨ ਇਸੇ ਜ਼ੁਲਮ ਦੇ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗ ਬਾਲੀ ਸੀ ਇਸ ਜ਼ੁਲਮ ਨੂੰ ਨਾਸ ਕਰਨ ਦੇ ਲਈ ਜਿਹਦੇ ਜਿਸ ਜ਼ੁਲਮ ਦੀ ਭੱਠੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ 42 ਸਾਲ ਦਾ ਸਮਾਂ ਸਤਿਗੁਰਾਂ ਦਾ ਲੱਕ ਦੇ ਉੱਤੇ ਬੰਨ ਕੇ ਕਮਰਕਸਾ ਮਹਾਰਾਜ ਨੇ ਕਮਰਕਸਾ ਨੂੰ ਖੋਲ੍ਹਿਆ ਅਤੇ ਕਮਰਕਸਾ ਬੰਨ ਕੇ ਸਾਰੇ ਦਾ ਸਾਰਾ ਪਰਿਵਾਰ ਮਹਾਰਾਜ ਨੇ ਸ਼ਹੀਦ ਕਰਵਾ ਲਿਆ ਮਹਾਰਾਜ ਦਾ ਵੀ ਜੀ ਕਰਦਾ ਸੀ ਕਿ ਉਹ ਨੋਹਾਂ ਤੋਂ ਪੱਕੀਆਂ ਰੋਟੀਆਂ ਬੈਠ ਕੇ ਖਾਣ ਬੱਚਿਆਂ ਨਾਲ ਨੋਹਾਂ ਪੁੱਤਰਾਂ ਨਾਲ ਪੁੱਤਰਿਆਂ ਨਾਲ ਖੇਲਣ ਪਰ ਉਹਨਾਂ ਨੇ ਸੁਖੀ ਵਸਿਆ ਮੋਰੋ ਪਰਿਵਾਰ ਆ ਸਾਨੂੰ ਆਪਣਾ ਪਰਿਵਾਰ ਬਣਾ ਕੇ ਸਾਰਾ ਕੁਛ ਸਾਡੇ ਉੱਤੋਂ ਵਾਰ ਦਿੱਤਾ ਸਭ ਕੁਛ ਸਾਡੇ ਉੱਤੋਂ ਵਾਰ ਦਿੱਤਾ ਅਤੇ ਆਪਾਂ ਆਪਣੇ ਬੱਚਿਆਂ ਨੂੰ ਮੈਂ ਅੱਜ ਕਲਾਸ ਦੇ ਵਿੱਚ ਆਪਣੇ ਬੱਚਿਆਂ ਨੂੰ ਪੁੱਛ ਰਿਹਾ ਸੀ ਵੀ ਦੱਸੋ ਮਹਾਰਾਜ ਦੀ ਬਾਣੀ ਦੇ ਕਿੰਨੇ ਅੰਗ
इन्नी बार पढ़ाया है साढ़े बच्चे यही पता भी गुरु ग्रंथ साहब महाराज की बाणी के किन्ने अंग ये असं अपने बच्चों को पढ़ाने जी जिहड़ी बाणी खातर सानू जिथों सब कुछ दान प्राप्त होंदा है सानू उही नहीं पता भी उहदे अंग किन्ने ने श्रोमणी इतिहास जिहड़ा साडा सिर दा ताज है इहदा भी पता जिथों असीं जिउणा है जिथों जिंदगी प्राप्त करनी है असीं होर कित्थे जावांगे की खट्टांगे आप नूं नहीं पता साडे बच्चे नूं की पता होणा ਕੌਮਾਂ ਦੇ ਨਾਂ ਨਿਸ਼ਾਨ ਮਿਟ ਜਾਂਦੇ ਨੇ ਕਿਉਂ ਮਿਟਦੇ ਹਨ ਜਦੋਂ ਉਹ ਆਪਣੇ ਮੂਲ ਨੂੰ ਭੁੱਲ ਜਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਚਨ ਆਇਆ ਹੋਇਆ ਬਾਣੀ ਦਾ ਪੇੜ ਮੁਢਾਂ ਨੂੰ ਕੱਟੀਐ ਕਿਸ ਦਾਲ ਸੁਕੰਦੇ ਜਿਹੜੇ ਪੇੜ ਦੀਆਂ ਉਹਦੀਆਂ ਟਾਹਣੀਆਂ ਵੱਢ ਦਿਓ ਕਦੇ ਵੀ ਸੁੱਕਦਾ ਤਣਾ ਵੱਢ ਦਿਓ ਫਿਰ ਵੀ ਫੁੱਟ ਪੜੂ ਪਰ ਜਿਹੜੇ ਦਰਖਤ ਦੀਆਂ ਜੜ੍ਹਾਂ ਵੱਢ ਦਿੱਤੀਆਂ ਜਾਣ ਨਾ ਉਹ ਨਹੀਂ ਕਦੇ ਉੱਗ ਸਕਦਾ ਕਦੇ ਵੀ ਨਹੀਂ ਉੱਗ ਸਕਦਾ ਸਾਡਾ ਮੂਲ ਗੁਰੂ ਗ੍ਰੰਥ ਸਾਹਿਬ ਹੈ ਜਿਹੜੇ ਮਾਪੇ ਨੇ ਕਦੇ ਮਾਂ ਪਿਓ ਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਪੜ੍ਹੀ ਆਪ ਨਹੀਂ ਪਾਠ ਕੀਤਾ ਬੈਠ ਕੇ ਸੁਣੀ ਨਹੀਂ ਵਿਚਾਰੀ ਨਹੀਂ ਇਹ ਸਿੱਖੀ ਸੁੱਕ ਜਾਵੇਗੀ ਉਸ ਪਰਿਵਾਰ ਦੇ ਵਿੱਚ ਇਹ ਸੁੱਕ ਜਾਵੇਗੀ ਉੱਥੇ ਕੀ ਆਵੇਗਾ ਉੱਥੇ ਨਸ਼ੇ ਆਉਣਗੇ ਉੱਥੇ ਵਿਕਾਰ ਆਉਣਗੇ ਬਦਨਾਮੀ ਆਉਣਗੀ ਧੱਕੇ ਆਉਣਗੇ ਮੂੰਹ 'ਤੇ ਚੋਟਾਂ ਪੈਣਗੀਆਂ ਸਭ ਕੁਛ ਗੁਆ ਕੇ ਮਨੁੱਖ ਖਾਲੀ ਹੋ ਕੇ ਇੱਥੋਂ ਜਾਵੇ ਇਹ ਦੁੱਖ ਔਰ ਕਲੇਸ਼ ਤਾਂ ਹੀ ਸਾਨੂੰ ਘੇਰ ਦਿੰਦੇ ਜਿੰਨੀਆਂ ਕੁਰਬਾਨੀਆਂ ਨੇ ਸਾਧ ਸੰਗਤ ਦੀਆਂ ਕੁਰਬਾਨੀਆਂ ਸਾਨੂੰ ਬਚਾਉਣ ਖਾਤਰ ਹਨ ਸਾਨੂੰ ਦਾਨ ਦੇਣ ਖਾਤਰ ਗੁਰੂ ਜੀ ਨੇ ਬਖਸ਼ਿਸ਼ ਕੀਤੀ ਆਪਣੇ ਪੁੱਤਰਾਂ ਦਾ ਦਾਨ ਬਖਸ਼ਿਸ਼ ਕੀਤਾ ਇਹ ਇਸੇ ਕਰਕੇ ਕਿ ਮੇਰਾ ਪਰਿਵਾਰ ਹੈ ਜਿਹੜਾ ਇਹ ਤਕੜਾ ਰਹੇ ਇਹ ਜ਼ੁਲਮ ਦਾ ਟਾਕਰਾ ਕਰਨ ਦੇ ਲਈ ਤਿਆਰ ਹੈ ਮੌਤ ਨੂੰ ਤਾਂ ਸਮਝੀ ਨਹੀਂ ਸਾਡਾ ਗੁਰੂ ਕਿਸੇ ਦੇ ਨਾ ਗੁਰੂ ਨਾਨਕ ਸਾਹਿਬ ਨੂੰ ਲਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਦੇ ਡਰੇ ਹੀ ਨਹੀਂ ਨਾ ਕਿਸੇ ਨੂੰ ਡਰਾਇਆ ਅਤੇ ਜਿਹੜਾ ਸਿੱਖ ਹੈ ਉਹ ਕਦ ਕਿਸ ਤੋਂ ਡਰਦਾ ਹੈ ਡਰਾਉਣਾ ਤਾਂ ਆਪਾਂ ਨੂੰ ਕੀ ਹੈ ਆਪਾਂ ਡਰਦੇ ਕਿਹੜੀ ਚੀਜ਼ ਤੋਂ ਮਹਾਰਾਜ ਕਹਿੰਦੇ ਡਰੀਆ ਜੇ ਡਰ ਹੋ ਗਏ ਹੋਰ ਡਰਦਾ ਡਰਨਾ ਮਨ ਦਾ ਸ਼ੋਰ ਡਰੋ ਤਾਂ ਜੇ ਕੋਈ ਵਾਹਿਗੁਰੂ ਤੋਂ ਬਿਨਾਂ ਹੋਰ ਹੋਵੇ ਵਾਹਿਗੁਰੂ ਤੋਂ ਬਿਨਾਂ ਡਰਾਉਣ ਵਾਲਾ ਕੌਣ ਹੈ ਉਹਦਾ ਡਰ ਚਾਹੀਦਾ ਜਿਹੜਾ ਡਰ ਸਾਡੇ ਮਨ ਦੇ ਵਿੱਚ ਪਿਆ ਹੋਇਆ ਉਹ ਡਰ ਹੈ ਸਾਡੇ ਆਪਣੇ ਮਨ ਦਾ ਅਤੇ ਮਨ ਅਸੀਂ ਆਪਣੇ ਕੋਲ ਸਾਂਭ ਕੇ ਰੱਖਿਆ ਹੋਇਆ ਮਨ ਆਪਾਂ ਗੁਰੂ ਨੂੰ ਦਿੰਦੇ ਜੇ ਗੁਰੂ ਨੂੰ ਆਪਾਂ ਮੰਨਦੇ ਨਹੀਂ ਸਾਡੇ ਮਨ 'ਚੋਂ ਡਰ ਹੁੰਦੇ ਮਨ ਗੁਰੂ ਨੂੰ ਦੇਣਾ ਮਨ ਆਪਾਂ ਆਪਣੇ ਕੋਲ ਰੱਖਦੇ ਸੋ ਜਿਨ੍ਹਾਂ ਨੇ ਆਪਣਾ ਮਨ ਸਮਰਪਣ ਕੀਤਾ ਸਤਿਗੁਰੂ ਨੂੰ ਉਹ ਸਤਸੰਗਤ ਨਿਰਭਉ ਹੋ ਕੇ ਬਚੇ ਨਿਰਭਉ ਹੋ ਕੇ ਜੀਦੇ ਹਨ ਨਿਰਭਉ ਜਪੈ ਸਗਲ ਭਉ ਮਿਟੈ ਜਿਹੜਾ ਨਿਰਭਉ ਨੂੰ ਜਪਦਾ ਹੈ ਨਿਰਭਉ ਦੀ ਸੰਗਤ ਕਰਦਾ ਹੈ ਉਹਦੇ ਮਨ ਦੇ ਵਿੱਚੋਂ ਸਾਰਾ ਭੈ ਮਿਟ ਜਾਂਦਾ ਹੈ ਉਹਦੇ ਮਨ ਦੇ ਵਿੱਚ ਭੈ ਨਹੀਂ ਰਹਿੰਦਾ ਹੈ ਭੈ ਕਹਿੰਦਾ ਆਪਾਂ ਨੂੰ ਰੁਜ਼ਗਾਰ ਦਾ ਭੈ ਵੀ ਸਾਡੀ ਰੋਟੀ ਨਹੀਂ ਚੱਲਣੀ ਹੈ ਸਾਨੂੰ ਗੋਰੇ ਉਂਗਲੀਆਂ ਕਰਦੇ ਨੇ ਮੁਖਾਲ ਕਰਦੇ ਹਨ ਇਹ ਸਾਰੇ ਭੈ ਮੁੱਕ ਜਾਂਦੇ ਹਨ ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਿਰਭਉ ਹੋ ਕੇ ਵਿਚਰੀਏ ਤੁਹਾਡਾ ਸਤਿਕਾਰ ਦੁਨੀਆਂ ਤੋਂ ਦੁਨੀਆਂ ਹੋਊਗਾ ਇਹ ਲਿਖਿਆ ਹੋਇਆ ਉਹ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਾਨੂੰ ਦ੍ਰਿੜ ਕਰਾਇਆ ਹੋਇਆ ਜੇ ਨਾਨਕ ਸਤਿਗੁਰ ਪੂਜਿਆ ਤੇ ਹਰ ਪੂਜ ਕਰਾ ਗੁਰੂ ਦੀ ਪੂਜਾ ਕਰਕੇ ਦੇ ਤੇਰੀ ਪੂਜਾ ਸੰਸਾਰ ਕਰੇਗਾ ਆਪਣਾ ਸਤਿਗੁਰੂ ਦੇ ਉੱਤੇ ਭਰੋਸਾ ਨਹੀਂ ਸਾਡਾ ਕੋਈ ਭਰੋਸਾ ਦੁਨੀਆਂ ਦੇ ਵਿੱਚ ਕਰਕੇ ਰਾਜੀ ਨਹੀਂ ਸਾਡਾ ਪਿਆਰ ਸਤਿਗੁਰੂ ਦੇ ਨਾਲ ਨਹੀਂ ਤੇ ਸਾਨੂੰ ਕੋਈ ਪਿਆਰ ਕਰਕੇ ਰਾਜੀ ਨਹੀਂ ਇਹ ਦੁਖਾਂਤ ਹੈ ਸਾਡਾ ਜਿੰਨਾ ਪਿਆਰ ਜਿੰਨੇ ਗੁਣ ਜਿੰਨੀ ਬਹਾਦਰੀ ਹੈ ਸੰਸਾਰ ਦੇ ਵਿੱਚ ਇਹ ਗੁਰੂ ਤੋਂ ਪੈਦਾ ਹੁੰਦੀ ਹੈ ਜਿੰਨੇ ਪੀਰ ਹਨ ਇਹਨਾਂ ਤੋਂ ਪੈਦਾ ਹੁੰਦੀ ਹੈ ਜਿਸਦਾ ਗੁਰੂ ਦੇ ਹਿਰਦੇ ਜਿਸਦਾ ਆਪਣੇ ਹਿਰਦੇ ਦੇ ਅੰਦਰ ਗੁਰੂ ਖਾਤਰ ਪਿਆਰ ਹੈ ਸਾਰੇ ਗੁਰੂ ਦੇ ਅੰਦਰ ਮਨ ਹੋਣਗੇ ਜਿੰਨਾ ਗਿਆਨ ਧਿਆਨ ਸਤ ਸੰਤੋਖ ਦਇਆ ਧਰਮ ਜਿੰਨੇ ਗੁਣ ਨੇ ਇਹ ਤਾਂ ਪੈਦਾ ਹੁੰਦੇ ਨੇ ਜੇ ਤੁਹਾਡਾ ਵਿਸ਼ਵਾਸ ਗੁਰੂ ਦੇ ਉੱਤੇ ਹੈ ਜੇ ਗੁਰੂ ਦੇ ਉੱਤੇ ਵਿਸ਼ਵਾਸ ਆ ਸ਼ਰਧਾ ਹੈ ਨਹੀਂ ਇਹ ਗੁਣ ਨਹੀਂ ਪੈਦਾ ਹੁੰਦੇ ਕਦੇ ਨਹੀਂ ਹੁੰਦੇ ਵਿੱਦਿਆ ਹੈ ਜਿਹੜੀ ਇਹ ਤਾਂ ਹੀ ਆਉਂਦੀ ਹੈ ਜੇ ਗੁਰੂ ਦੇ ਉੱਤੇ ਭਰੋਸਾ ਵਿਸ਼ਵਾਸ ਹੈ ਜੇ ਵਿਸ਼ਵਾਸ ਅਤੇ ਭਰੋਸਾ ਹੈ ਨਹੀਂ ਇਹ ਗੁਣ ਕਦੇ ਨਹੀਂ ਪਰਖਦੇ ਕਦੇ ਨਹੀਂ ਪੈਦਾ ਹੁੰਦੇ ਕਰਦੇ ਦੇ ਸੋ ਇਸ ਕਰਕੇ ਗੱਲਾਂ ਕੌੜੀਆਂ ਹਨ ਪਰ ਜਿਹੜੀਆਂ ਕੌੜੀਆਂ ਗੱਲਾਂ ਨੇ ਇਹ ਜੇ ਹਿਰਦੇ ਦੇ ਕੁਨੀਨ ਹੈ ਜੇ ਕੌੜੀ ਆਪਾਂ ਖਾਵਾਂਗੇ ਫਿਰ ਬਿਮਾਰੀਆਂ ਨਹੀਂ ਲੱਗਦੀਆਂ ਜਿਹੜਾ ਸੱਚ ਹੁੰਦਾ ਹੈ ਇਹ ਕੌੜਾ ਹੁੰਦਾ ਹਮੇਸ਼ਾ ਹੀ ਕੌੜਾ ਹੁੰਦਾ ਹੈ ਪਰ ਜਿਹੜਾ ਇਸ ਨੂੰ ਹਜ਼ਮ ਕਰਨਾ ਸਿੱਖ ਜਾਵੇ ਸੁਣਨਾ ਸਿੱਖ ਜਾਵੇ ਉਹ ਦੁਨੀਆਂ ਦੇ ਦੁੱਖ ਨਹੀਂ ਪਾਉਂਦਾ ਜਿੰਨੀਆਂ ਹਕੂਮਤਾਂ ਹੁੰਦੀਆਂ ਨੇ ਪ੍ਰਬੰਧਕ ਹੁੰਦੇ ਨੇ ਆਪਣੇ ਕੰਨ ਬੰਦ ਕਰਕੇ ਰੱਖਦੇ ਇਹ ਸੁਣਦੇ ਨਹੀਂ ਬੋਲੇ ਹੋ ਜਾਂਦੇ
25 वचन लिखा है कि माया धारी अत अन्ना बोला शब्द ना सुनई बहु रोल कचोला। जिहड़ा माया माया दा माया माया दे अधीन कौन आउंदा है, जिहड़ा गुरु नूं भुल जावे, गुरु नूं विसर जावे। ਉਹ ਉਹਦੇ ਦੋ ਗੁਣ ਦੱਸੇ ਮਹਾਰਾਜ ਨੇ, ਉਹ ਅੱਤ ਅੰਨਾ ਤੇ ਬੋਲਾ ਹੁੰਦਾ। ਦੁਨੀਆਂ ਦੇ ਵਿੱਚ ਤੁਸੀਂ ਤੁਸੀਂ ਕਰਦੇ ਕਰਦੇ ਸਾਰੇ ਦੇਖ ਲਿਓ ਕਿ ਜਿਹਨੂੰ ਮਹਾਰਾਜ ਨੇ ਅੰਨਾ ਕੀਤਾ ਨਾ, ਨਿਗਾਹ ਖੋਹੀ ਹੈ, ਉਹਦੇ ਕੰਨ ਜ਼ਰੂਰ ਹੁੰਦੇ ਨੇ। ਕਿਤੇ ਵੀ ਦੇਖ ਲਿਓ ਉਹਦੇ ਕੰਨ ਜ਼ਰੂਰ ਹੁੰਦੇ ਨੇ। ਜਿਹੜਾ ਕੰਨਾਂ ਤੋਂ ਬੋਲਾ ਕੀਤਾ ਉਹਦੀਆਂ ਅੱਖਾਂ ਹੁੰਦੀਆਂ ਨੇ, ਪਰ ਅੰਨਾ ਨੂੰ ਬੋਲਾ ਇਹ ਦੁਨੀਆਂ ਦੇ ਵਿੱਚ ਹੈ ਨਹੀਂ। ਇਹ ਮਹਾਰਾਜ ਐਡਾ ਸਖ਼ਤ ਨਹੀਂ ਹੁੰਦਾ, ਐਡਾ ਕਰੂਰ ਨਹੀਂ ਹੁੰਦਾ। ਪਰ ਜਿਹੜਾ ਰੱਬ ਨੂੰ ਭੁੱਲ ਗਿਆ ਨਾ, ਜਿਹਨੇ ਗੁਰੂ ਤੇ ਵਿਸ਼ਵਾਸ ਭਰੋਸਾ ਬਦਲਾ ਦਿੱਤਾ, ਉਹਨੂੰ ਕਹਿੰਦੇ ਨੇ ਮਾਇਆ ਧਾਰੀ। ਉਹਨੂੰ ਮਾਇਆ ਸੱਪਣੀ ਨੇ ਡੰਗ ਮਾਰਿਆ ਹੈ, ਜ਼ਹਿਰ ਚੜੀ ਗਈ ਆ ਉਹਨੂੰ। ਉਹ ਅੰਨਾ ਵੀ ਹੋਵੇਗਾ ਤੇ ਉਹ ਬੋਲਾ ਵੀ ਹੋਵੇਗਾ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਜਿਹੜੇ ਬੰਦੇ ਨੂੰ ਦੀਦਾ ਕੁਛ ਨਹੀਂ ਤੇ ਸੁਣਦਾ ਕੁਛ ਨਹੀਂ, ਉਹਦੀ ਜ਼ਿੰਦਗੀ ਕਿਹੋ ਜਿਹੀ ਹੋਵੇ? ਉਹਦੀ ਜ਼ਿੰਦਗੀ ਕਿਹੋ ਜਿਹੀ ਭਿਆਨਕ ਹੋਵੇ? ਨਾ ਸੁਣਦਾ ਹੈ, ਨਾ ਦੀਦਾ ਹੈ, ਨਾ ਗੁਰੂ ਦਾ ਉਪਦੇਸ਼ ਹੁੰਦਾ, ਨਾ ਗੁਰੂ ਕੀ ਸਾਧ ਸੰਗਤ ਦੇ ਦਰਸ਼ਨ ਹੁੰਦੇ। ਤੇ ਹਜ਼ੂਰ ਕਹਿੰਦੇ ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ, ਉਹਨੂੰ ਗੁਰੂ ਦਾ ਉਪਦੇਸ਼ ਸੁਣਦਾ ਹੀ ਨਹੀਂ ਹੈ। ਤੈਨੂੰ ਜਦ ਕਰਨੀ ਹੈ ਸੁਣੂ ਕਿਵੇਂ? ਰੋਲ ਕਚੋਲਾ, ਜਿਵੇਂ ਰੋਲ ਕਚੋਲਾ ਕੋਈ ਕਿਸੇ ਦੀ ਸੁਣਦਾ ਨਹੀਂ। ਇੱਥੇ ਤੁਸੀਂ ਗੁਰਦੁਆਰੇ 'ਚ ਆਪਣੇ ਦੇਖਦੇ ਹੋ ਵੀ ਜਦ ਰੌਲਾ ਪੈਂਦਾ ਨਾ ਜਨਰਲ ਇਜਲਾਸ ਵੇਲੇ, ਕਿਹੋ ਰੋਲ ਕਚੋਲਾ ਹੁੰਦਾ? ਕੋਈ ਕਿਸੇ ਦੀ ਸੁਣਦਾ? ਪੱਗਾਂ ਤੱਕ ਲਾਉਣ ਤੱਕ ਅਸੀਂ ਏਡੇ ਬੇਰੂਦਾ ਹੋ ਜਾਂਦੇ। ਕਿਹੋ ਜਿਹੀਆਂ ਗੱਲਾਂ ਕਰਦੇ ਉਹਨੂੰ ਰੋਲ ਕਚੋਲਾ ਕਹਿੰਦੇ? ਇਹੋ ਜਿਹਾ ਰੋਲ ਕਚੋਲਾ ਰੋਜ਼ ਉਹਦੀ ਜ਼ਿੰਦਗੀ ਦੇ ਵਿੱਚ ਹੁੰਦਾ ਜਿਹੜਾ ਆਪਣੇ ਗੁਰੂ ਨੂੰ ਛੱਡਦਾ। ਸੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਇਤਿਹਾਸ ਹੈ। ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਚਰਨਾਂ ਨਾਲ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੋੜਿਆ। 10-20 ਹਜ਼ਾਰ ਦੀ ਗਿਣਤੀ ਦੇ ਹੁੰਦੇ ਹੋਏ ਏਡੇ ਵੱਡੇ ਮੁਗਲ ਸਾਮਰਾਜ ਨੂੰ ਏਡਾ ਵੱਡਾ ਝਟਕਾ ਦਿੱਤਾ ਕਿ ਮਹਾਰਾਜ ਦੇ ਅਲੋਪ ਹੋਣ ਤੋਂ ਬਾਅਦ 60 ਸਾਲਾਂ ਦੇ ਅੰਦਰ ਅੰਦਰ ਖਾਲਸੇ ਨੇ ਲਾਹੌਰ ਤੇ ਜਾ ਕੇ ਕਬਜ਼ਾ ਕਰ ਲਿਆ। ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਅਬਦਾਲੀ ਉਹ ਸਿੱਖਾਂ ਦਾ ਨਾਂ ਸੁਣ ਕੇ ਥਰ ਥਰ ਕੰਬਣ ਲੱਗ ਜਾਂਦਾ। 7-8 ਹਮਲੇ ਉਹਨੇ ਕੀਤੇ ਨੇ, ਪਰ ਮਗਲੇ ਹਮਲਿਆਂ ਦੇ ਵਿੱਚ ਉਹ ਲਾਹੌਰ ਆ ਕੇ ਅੰਮ੍ਰਿਤਸਰ ਵੱਲ ਨੂੰ ਤੁਰਨ ਲੱਗਿਆ। ਉਹਦੇ ਘੋੜੇ ਕੰਬਦੇ ਸਨ, ਫੌਜਾਂ ਕੰਬਦੀਆਂ ਸਨ ਵੀ ਸਾਨੂੰ ਘਰ ਨੂੰ ਜਾਣ ਨੂੰ ਮਿਲਣਾ ਹੀ ਨਹੀਂ। ਇਹੋ ਜਿਹਾ ਖਾਲਸਾ ਸਤਿਗੁਰੂ ਨੇ ਪੈਦਾ ਕੀਤਾ। ਉਹ ਜਿੰਨਾ ਚਿਰ ਉਹ ਜਿਉਂਦੇ ਰਹੇ ਨੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਰੱਖਿਆ। ਉਹਨਾਂ ਨੇ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ, ਪਰ ਸਿੱਖੀ ਨਹੀਂ ਛੱਡੀ। ਸਿੱਖੀ ਨਹੀਂ ਛੱਡੀ, ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਉਹ ਜਨਰੇਸ਼ਨ ਸਾਰੀ ਦੀ ਸਾਰੀ ਖਤਮ ਹੋ ਗਈ, ਪਰ ਉਦੋਂ ਬਾਅਦ ਅਸੀਂ ਸੁੱਖ ਰਹਿਣੇ ਹੋ ਗਏ। ਵੱਡੇ ਵੱਡੇ ਘਰ ਲੈ ਲਏ, ਪੈਸਾ ਜਾਇਦਾਦ ਸਾਡੇ ਕੋਲ ਆ ਗਈ, ਸਾਨੂੰ ਜਾਤਾਂ ਦਿਖਣ ਲੱਗ ਗਈਆਂ, ਸਾਨੂੰ ਪਾਤਾਂ ਦਿਖਣ ਲੱਗ ਗਈਆਂ, ਸਾਨੂੰ ਅਮੀਰੀ ਔਰ ਗਰੀਬੀ ਦਿਖਣ ਲੱਗ ਗਈ। ਅਸੀਂ ਧਨੀ ਦੇਖਣ ਲੱਗ ਗਏ ਵੀ ਕਿਹੜਾ ਧਨੀ ਹੈ, ਕਿਹੜਾ ਬਹੁਤੇ ਪੈਸੇ ਵਾਲਾ, ਕਿਹਦਾ ਸਬੰਧ ਜ਼ਿਆਦਾ ਉੱਤੇ ਲੋਕਾਂ ਦੇ ਨਾਲ। ਇਹਨਾਂ ਨੂੰ ਅੱਗੇ ਰੱਖ ਲਿਆ। ਮਹਾਰਾਜ ਕਹਿੰਦੇ ਨੇ ਸੱਤ ਨੂੰ ਪਿੱਛੇ ਛੱਡ ਦਿੱਤਾ, ਝੂਠ ਨੂੰ ਅੱਗੇ ਰੱਖ ਲਿਆ। ਅਤੇ ਇਹਦਾ ਨਤੀਜਾ ਕੀ ਨਿਕਲਦਾ? ਤੁਸੀਂ ਆਸਾ ਦੀ ਵਾਰ ਰੋਜ਼ ਪੜ੍ਹਦੇ ਹੋ, ਰੋਜ਼ ਗੁਰੂ ਨਾਨਕ ਸਾਹਿਬ ਯਾਦ ਕਰਾਉਂਦੇ ਹਨ ਕਿ ਕਲਯੁਗ ਰੱਥ ਅਗਨ ਕਾ ਕੂੜ ਅੱਗੇ ਰਖਵਾਹ। ਤੇ ਕਲਯੁਗ ਦੇ ਵਿੱਚ ਜਿਸ ਨੇ ਝੂਠ ਨੂੰ ਅੱਗੇ ਰੱਖਿਆ, ਉਹ ਸੁਪਨੇ ਵਿੱਚ ਵੀ ਭੁੱਲ ਜਾਵੇ ਮੇਰੇ ਸੁੱਖ ਮਿਲ ਜੂਗਾ, ਸੁੱਖ ਨਹੀਂ ਮਿਲ ਸਕਦਾ ਉਹਨੂੰ, ਕਦੇ ਵੀ ਨਹੀਂ ਮਿਲ ਸਕਦਾ। ਜਿਹਨੇ ਝੂਠ ਨੂੰ ਅੱਗੇ ਰੱਖਿਆ, ਉਹਦੀ ਜ਼ਿੰਦਗੀ ਦੇ ਵਿੱਚ, ਉਹਦੇ ਘਰ ਦੇ ਵਿੱਚ ਤ੍ਰਿਸ਼ਨਾ ਅਗਨ ਇਹ ਜ਼ਰੂਰ ਵਸੇ। ਝੂਠ ਨੂੰ ਅੱਗੇ ਰੱਖਣ ਵਾਲਾ ਬੰਦਾ ਕਦੇ ਸੁਖੀ ਨਹੀਂ ਹੋ ਸਕਦਾ। ਝੂਠੇ ਨੂੰ ਅੱਗੇ ਲਿਆਓ, ਤੁਸੀਂ ਕਦੇ ਸੁੱਖ ਨਹੀਂ ਪਾ। ਝੂਠ ਕੀ ਹੈ? ਮਾਇਆ। ਝੂਠ ਕੀ ਹੈ? ਧਨ ਦੌਲਤ, ਜਿਹੜੀ ਅੱਜ ਹੁੰਦੀ ਹੈ ਕੱਲ੍ਹ ਨੂੰ ਚਲੇ ਜਾਣੀ ਹੈ। ਤਾਂ ਸਾਡਾ ਦੁਖਾਂਤ ਇਹ ਹੈ, ਸੋ ਖਿਮਾ ਕਰਨਾ, ਇਹ ਕੌੜੀਆਂ ਗੱਲਾਂ ਹਨ, ਕਹੀ ਜਾਂਦੀ ਹੈ। ਆਪਾਂ ਉਸ ਬੰਦੇ ਨੂੰ ਮੂਹਰੇ ਲੈ ਕੇ ਆਵਾਂਗੇ ਪ੍ਰਬੰਧ ਦੇ ਵਿੱਚ ਵੀ, ਜਿਹਦੇ ਕੋਲ 4 ਪੈਸੇ ਹੋਣ, ਉਹਦੇ ਗੁਣ ਨਹੀਂ ਦੇਖਣੇ ਹਨ, ਉਹਦਾ ਪੈਸਾ ਦੇਖਣਾ। ਜਦੋਂ ਅਸੀਂ ਪੈਸਾ ਮੂਹਰੇ ਰੱਖ ਲਿਆ ਤਾਂ ਮਹਾਰਾਜ ਕਹਿੰਦੇ ਚੰਗਾ, ਜੇ ਮੇਰੀ ਗੱਲ ਤੁਸੀਂ ਨਹੀਂ ਮੰਨਣੀ ਤਾਂ ਇਹਦੇ ਨਾਲ ਬਾਕੀ ਦੁੱਖ ਨੇ ਉਹ ਵੀ ਲੈ ਲਓ ਨਾਲ। ਝਗੜੇ ਨਾਲ ਹੋਣਗੇ, ਕਲੇਸ਼ ਨਾਲ ਹੋਣਗੇ, ਇਸੇ ਕਰਕੇ ਸਾਡੇ ਗੁਰਦੁਆਰਿਆਂ 'ਚ ਅਸ਼ਾਂਤੀ, ਇਸੇ ਕਰਕੇ ਸਾਡੇ ਗੁਰਦੁਆਰਿਆਂ 'ਚ ਦੁੱਖ ਹੈ, ਕਲੇਸ਼ ਹਨ। ਸੋ ਮੈਂ ਕਈ ਵਾਰ ਮੈਂ ਘਰ ਦੇ ਵਿੱਚ ਵੀ ਗੱਲ ਕਰਦਾ, ਆਮ ਹੀ ਸਿੰਘਾਂ ਨਾਲ ਗੱਲ ਕਰਦਾ ਨਾ, ਵੀ ਅਸੀਂ ਗੁਰਦੁਆਰਿਆਂ, ਪਹਿਲੀ ਗੱਲ ਤਾਂ ਸਾਨੂੰ ਬਾਈਲਾ ਇਹੋ ਜਿਹੇ ਬਣਾਉਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ
ਇਹ ਲਿਖਤੀ ਲਿਖਤ ਦੇ ਰਹੇ ਸੀ ਗੁਰਦੁਆਰੇ ਦਾ ਕੋਈ ਵੀ ਮੁਕੱਦਮਾ ਜਿਹੜਾ ਕੋਰਟ ਦੇ ਵਿੱਚ ਨਾ ਜਾਵੇ, ਤੁਸੀਂ ਇੱਥੇ ਜੁਡੀਸ਼ੀਅਲ ਕਮਿਸ਼ਨ ਆਪਣਾ ਬਣਾ ਲਓ, ਆਪਣੇ ਸਿੰਘ ਨੇ ਜਿਹੜੇ ਉਹਨਾਂ ਨੂੰ ਪਾਵਰ ਦਿਓ ਵੀ ਜਿਹੜੀ ਜਿਹੜੀ ਤਾਕਤ ਜਿਹੜਾ ਝਗੜਾ ਆਉਂਦਾ ਉਹ ਨਿਬੇੜੇ ਬਣ। ਹਾਂ ਜੇ ਫਿਰ ਵੀ ਸਾਨੂੰ ਸਬਰ ਨਹੀਂ ਆਉਂਦਾ ਵੀ ਹਾਂ ਗੁੱਸਾ ਸਾਡੇ ਅੰਦਰ ਅੱਗ ਬਲਦੀ ਹੈ ਅਸੀਂ ਝਗੜਾ ਲੈ ਕੇ ਜਾਣਾ, ਤਾਂ ਵੀ ਗੁਰਦੁਆਰੇ ਦੀ ਗੋਲ ਕਿਉਂ ਪੈਸਾ ਨਾ ਵਰਤਿਆ ਕਰੋ, ਆਪਣੀ ਜੇਬ 'ਚੋਂ ਪੜ ਕੇ ਜਿੰਨਾ ਮਰਜ਼ੀ ਲੜੀ ਚਲੋ, ਬਾਹਰ ਜਾ ਕੇ ਜਿੰਨੇ ਮਰਜ਼ੀ ਪੈਸੇ ਖਰਚ ਚਲੋ ਲੜੀ ਚਲੋ। ਗੁਰਦੁਆਰੇ 'ਚ ਗੁਰੂ ਦੀ ਗੋਲਕ ਹੈ, ਇਹ ਲੋਕਾਂ ਦਾ ਪੈਸਾ ਜਿਹੜਾ ਇਹ ਗੁਰੂ ਦੀ ਸੰਗਤ ਖਾਤਰ ਹੈ, ਦੁਨੀਆਂ ਦੇ ਭਲੇ ਖਾਤਰ ਹੈ, ਧਰਮ ਦਾ ਵਿਸਥਾਰ ਕਰਨ ਖਾਤਰ ਹੈ, ਇਹ ਕੋਰਟਾਂ ਦੇ ਵਿੱਚ ਝਗੜੇ ਖਾਤਰ ਨਹੀਂ ਪੈਸਾ ਸਾਡਾ। ਸੋ ਜਦੋਂ 22 ਲਾਭ ਬਣਾਉਣੇ ਤੁਸੀਂ ਸੁਝਾਅ ਦਿਓ 22 ਲਾਭ ਬਣਾਉਣੇ ਨੇ ਜਿਹੜੇ ਇਹੋ ਜਿਹੇ ਬਣਾਓ ਵੀ ਕੋਰਟ ਦੇ ਵਿੱਚ ਸਾਡਾ ਕੋਈ ਕੇਸ ਨਾ ਜਾਵੇ। ਇਹ ਗੁਰਮਤਾ ਪੁਰਾਣੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਵੀ ਹੋਇਆ ਹੋਇਆ ਵੀ ਅੱਜ ਤੋਂ ਬਾਅਦ ਮੁਗਲਾਂ ਦੀ ਕਚਹਿਰੀ ਦੇ ਵਿੱਚ ਕੋਈ ਬੰਦਾ ਨਹੀਂ ਜਾਵੇ, ਪੁਰਾਣੇ ਸਿੱਖ ਜਾਂਦੇ ਨਹੀਂ ਸਨ। ਜਦੋਂ ਇੱਥੇ ਤੱਕ ਸਾਡੀ ਸੋਚ ਪਹੁੰਚ ਗਈ ਗੁਰਦੁਆਰਿਆਂ ਤੱਕ, ਜਿਹੜਾ ਤੁਸੀਂ ਮਰਜ਼ੀ ਕਰ ਲਓ ਸਾਡੀ ਇੱਥੇ ਇੰਸ਼ੋਰੈਂਸ ਨਹੀਂ, ਸਾਡੇ ਲੋਕ ਇੱਥੇ ਬੇਘਰੇ ਫਿਰਦੇ ਨੇ, ਇੰਨਾ ਪੈਸਾ ਤੁਹਾਡੇ ਕੋਲ ਤੁਹਾਡੇ ਡਾਕਟਰ ਕਰਦੇ ਇੰਸ਼ੋਰੈਂਸ ਆਪਣੇ ਲੈ ਕੇ ਜਿੰਨਾ ਮਰਜ਼ੀ ਤੁਸੀਂ ਕੁਛ ਕਰ ਸਕਦੇ ਹੋ, ਜੋ ਕੁਛ ਜਾਂ ਉਹ ਕੁਛ ਹੋ ਸਕਦਾ, ਪਰ ਸਾਡੀ ਨੀਤ ਸਾਫ਼ ਚਾਹੀਦੀ, ਨੀਤ ਸਾਫ਼ ਚਾਹੀਦੀ ਸਾਡੀ, ਨੀਤ ਸਾਫ਼ ਤਾਂ ਹੋਵੇਗੀ ਜੇ ਸਾਡਾ ਗੁਰੂ ਉੱਤੇ ਭਰੋਸਾ ਹੈ, ਜੇ ਭਰੋਸਾ ਗੁਰੂ ਦੇ ਉੱਤੇ ਨਹੀਂ ਫਿਰ ਅਸੀਂ ਕੁਛ ਨਹੀਂ ਕਰ ਸਕਦੇ। ਜਿਹੋ ਜਿਹਾ ਗੁਰੂ ਨਿਰਮਲ ਹੈ ਉਹੋ ਜਿਹਾ ਗੁਰੂ ਦਾ ਉਪਦੇਸ਼ ਨਿਰਮਲ ਹੈ, ਉਹੀ ਜਿਹੀ ਗੁਰੂ ਦੀ ਸਾਧ ਸੰਗਤ ਜਿਹੜੀ ਬੈਠ ਕੇ ਤੁਸੀਂ ਸੁਣਦੇ ਹੋ, ਨਿਰਮਲ ਉਪਦੇਸ਼ ਵਾਲੇ ਨਿਰਮਲ ਮਨ ਨਾਲ ਸੁਣਦੇ। ਸੋ ਇਹੀ ਅਰਦਾਸ ਦੋਵੇਂ ਹੱਥ ਜੋੜ ਕੇ ਕਰਿਆ ਕਰੋ, ਇਹਨਾਂ ਸ਼ਹੀਦਾਂ ਨੇ ਸ਼ਹੀਦੀਆਂ ਦਿੱਤੀਆਂ ਹਨ, ਆਪਣਾ ਆਪਾ ਵਾਰ ਦਿੱਤਾ ਹੈ, ਬਾਬਾ ਜਰਨੈਲ ਸਿੰਘ ਵਰਗੇ ਮਹਾਂਪੁਰਖਾਂ ਨੇ ਸਭ ਕੁਛ ਵਾਰ ਦਿੱਤਾ, ਸਭ ਕੁਛ ਛੱਡ ਦਿੱਤਾ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਛੱਡਿਆ, ਮੁੜ ਕੇ ਅਨੰਦਪੁਰ ਵੀ ਪੈਰ ਪਾਏ, ਗ੍ਰਸਤ ਤਿਆਗ ਦਿੱਤਾ ਮੁੜ ਕੇ ਗ੍ਰਸਤ 'ਚ ਪੈਰ ਵੀ ਪਾਏ, ਪੁੱਤਰਾਂ ਦਾ ਦਾਨ ਦੇ ਦਿੱਤਾ ਮੁੜ ਕੇ ਉਹਨਾਂ ਦਾ ਗੁੱਸਾ ਗਿਲਾ ਕੀਤਾ ਹੀ ਨਹੀਂ, ਜਿਹੜੀ ਚੀਜ਼ ਤਿਆਗ ਦਿੱਤੀ ਇੱਕ ਵਾਰ ਮੁੜ ਕੇ ਉਹਨੂੰ ਗ੍ਰਹਿਣ ਨਹੀਂ ਕੀਤਾ। ਸਾਥੋਂ ਚਾਹ ਦਾ ਕੱਪ ਨਹੀਂ ਛੱਡ ਹੁੰਦਾ, ਸਾਥੋਂ ਸ਼ਰਾਬ ਨਹੀਂ ਛੱਡ ਹੁੰਦੀ, ਸਾਥੋਂ ਝਗੜੇ ਨਹੀਂ ਛੱਡ ਹੁੰਦੇ, ਅਸੀਂ ਕੀ ਕਰਾਂਗੇ? ਦੇਖੋ ਕਿਹੜੀਆਂ ਕਿਹੜੀਆਂ ਵੱਡੀਆਂ ਕੁਰਬਾਨੀਆਂ ਨੇ, ਚਾਹ ਦਾ ਇੱਕ ਕੱਪ ਨਹੀਂ ਅਸੀਂ ਛੱਡ ਸਕਦੇ, ਕਿੱਡਾ ਵੱਡਾ ਅਸੀਂ ਕੀ ਦਾਨ ਕਰਾਂਗੇ ਹੋਰ। ਸੋ ਸਾਧਸੰਗਤ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਇਹ ਸ਼ਹੀਦੀਆਂ ਸਾਨੂੰ ਇਹ ਯਾਦ ਕਰਾਉਂਦੀਆਂ ਹਨ ਕਿ ਉਸ ਮਹਾਨ ਗੁਰੂ ਨੇ ਜਿਹੜਾ ਦਾਨ ਦਿੱਤਾ ਹੈ ਉਹਨੂੰ ਆਪਣੇ ਸਿਰ ਦੇ ਵਿੱਚ ਰੱਖ ਕੇ ਉਹਨੂੰ ਸਦਾ ਆਪਣੇ ਧਿਆਨ ਦੇ ਵਿੱਚ ਰੱਖੀ। ਜਿਹਨੇ ਇਹ ਗੱਲ ਯਾਦ ਰੱਖੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਰ ਦਿੱਤਾ ਹੋਇਆ, ਖਾਲਸਾ ਜੀ ਮੈਂ ਤੁਹਾਡੇ ਵਿੱਚ ਹੋ ਕੇ ਲੜਾਂਗਾ, ਸਿੰਘਾਂ ਨੇ ਇਹ ਵੀ ਵਰ ਮੰਗਿਆ ਸੀ ਮਹਾਰਾਜ ਜੀ ਸਾਡੇ ਉੱਤੇ ਕਿਰਪਾ ਕਰਿਓ ਵੀ ਤੁਸੀਂ ਸਾਡੇ ਵਿੱਚ ਹੋ ਕੇ ਲੜਿਓ, ਕਹਿੰਦੇ ਜਦੋਂ ਮੇਰੇ ਬਣ ਕੇ ਰਹੋਗੇ ਨਾ ਮੈਂ ਤੁਹਾਡੇ ਵਿੱਚ ਹੋ ਕੇ ਲੜਾਂਗਾ। ਹੁਣ ਆਪਾਂ ਦੇਖੀਏ ਵੀ ਜਦੋਂ ਆਪਾਂ ਨੂੰ ਕੋਈ ਦੁੱਖ ਆਉਂਦਾ ਕਲੇਸ਼ ਆਉਂਦਾ ਹੈ ਆਪਾਂ ਗੁਰੂ ਦੇ ਸੱਚੇ ਗੁਰੂ ਨੂੰ ਜਾਣ ਕੇ ਸੱਚੇ ਗੁਰੂ ਦੇ ਸਿੱਖ ਬਣੇ ਹੁੰਦੇ ਹਾਂ, ਜਿਹੜਾ ਸੱਚਾ ਸਿੱਖ ਬਣਿਆ ਹੁੰਦਾ ਉਹਦੇ ਵਿੱਚ ਬੈਠਾ ਹੁੰਦਾ ਉਹਦੇ ਬੰਦ ਹੋ ਕੇ ਲੜਦਾ। ਸੋ ਸਤਿਗੁਰੂ ਕਲਗੀਧਰ ਮਹਾਰਾਜ ਪੁੱਤਰਾਂ ਦੇ ਧਾਨੀ ਜਿਹਨਾਂ ਨੇ ਇਹ ਦਾਨ ਦਿੱਤਾ ਜਿਹਨਾਂ ਨੇ ਇਤਿਹਾਸ ਬਣਾਇਆ ਉਹਦੇ ਚਰਨਾਂ 'ਚ ਸਾਰੇ ਅਰਦਾਸ ਕਰਿਆ ਕਰੀਏ। ਗਰੀਬ ਨਿਵਾਜ ਜੀ ਤਰਸ ਕਰਨਾ ਸਾਡੇ ਅੰਦਰ ਤਾਂ ਗੁਣ ਕੋਈ ਨਹੀਂ, ਹਮਈ ਗਣਤ ਨਾ ਗਣੀਆਂ ਤਾਈ ਆਪਣਾ ਬਿਰਧ ਪਛਾਣ, ਤੂੰ ਆਪਣਾ ਬਿਰਧ ਪਛਾਣ, ਆਪਣੇ ਬਿਰਧ ਬਾਣੀ ਦੀ ਲਾਜ ਰੱਖ ਕੇ ਆਪਣੇ ਸਿੱਖਾਂ ਨੂੰ ਖਾਲਸੇ ਦਾ ਪਦ ਬਖਸ਼, ਨਿਰਭੈਤਾ ਦਾ ਦਾਨ ਬਖਸ਼, ਨਿਰਮੋਹਤਾ ਦਾ ਦਾਨ ਬਖਸ਼, ਅਤੇ ਸਾਨੂੰ ਅਨੰਦਪੁਰ ਦੇ ਵਾਸੀ ਬਣਾ ਲੰਗਰ ਦੀਆਂ ਦੀ ਸੇਵਾ ਕਰਨੀ। ਆਓ ਫਤਿਹ ਬੁਲਾ ਕੇ ਗੁਰੂ ਚਰਨਾਂ 'ਚ ਸਾਰੇ ਆਸਰਾ ਮੁਕੀ ਗੁਰੂ ਦੇਵ ਦੇ ਚਰਨਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।